ਸਿੱਧਾ ਹੈਰਾਨ ਦੀ ਗੱਲ ਹੈ ਵੀ ਉਹਨਾਂ ਨੂੰ ਕਿਉਂ ਇਹਨਾਂ ਨੇ ਕੀਤਾ ਇੱਕ। ਉਹ ਤਾਂ ਬਹੁਤ ਬਹੁਤ ਵਧੀਆ ਮਹਾਂਪੁਰਖ ਸੀ, ਬਹੁਤ ਵਧੀਆ। ਕੋਈ ਉਹਨਾਂ ਨੇ ਭੜਕਾਊ ਪਿਆਰ ਪ੍ਰਚਾਰ ਨਹੀਂ ਕੀਤਾ, ਬਰਾਗਮੀ ਕਥਾ ਕਰਦੇ ਸੀ, ਸਭ ਦਾ ਦੁੱਖ ਸੁੱਖ ਸੁਣਦੇ ਸੀ। ਜਿਹੜੀ ਉਹਨਾਂ ਨੇ ਤੂਮਤਾਂ ਲਾਈਆਂ ਬਿਲਕੁਲ ਝੂਠੀਆਂ ਲਾ ਕੇ ਉਹਨਾਂ ਨੂੰ ਐਡਾ ਨਿਰਦੋਸ਼, ਉਹਨਾਂ ਨੂੰ ਉਹਨਾਂ ਦੇ ਸੱਤਾ ਕੀਤੇ ਸਾ ਤੁਸ ਜਿਹੜਾ ਦਿਲ ਬਹੁਤ ਪੁੱਛਿਆ ਜਾ। ਉਹਨਾਂ ਨੇ ਆਪਦਾ ਚੂੜਾ ਚੁੱਕਿਆ, ਇੱਕ ਪਰਨਾ ਚੁੱਕਿਆ, ਬਸ ਚਲੇ ਗਏ। ਮੁੜ ਕੇ ਸਾਨੂੰ ਦਰਸ਼ਨ ਨਹੀਂ ਹੋਏ। ਪ੍ਰਸ਼ਾਦਾ ਵੀ ਉਹਨਾਂ ਨੂੰ ਕਹਿੰਦੇ ਸੀ ਛੱਕ ਲਿਆ, ਬਿਲਕੁਲ ਛੱਕਦੇ ਸੀ, ਬਹੁਤ ਤਸੀਹ ਦਿੱਤਾ ਉਹਨਾਂ ਨੇ। ਝੂਠੇ ਕਰਕੇ ਆਪ ਹੀ ਭੰਡ ਉਂਗਲਾ ਲਾ ਕੇ ਉਹਨਾਂ ਨੂੰ ਪ੍ਰਸ਼ਾਦਾ ਮੋੜ ਦਿੰਦੇ ਸੀ। ਇਹੋ ਜਿਹਾ ਦੁੱਖਦਾਈ, ਇਹ ਦੁੱਖਦਾਈ ਸਾਨੂੰ ਝੱਲਣਾ ਜੀ ਬਹੁਤ ਮੁਸ਼ਕਲ ਆ। ਕਿਉਂ ਉਹਨਾਂ ਨੇ ਐਂ ਕੀਤਾ, ਇਹੋ ਜਿਹਾ ਦਰਵੇਸ਼ ਕੀ ਉਹਨਾਂ ਨੇ ਉਹ ਭੱਜਣ ਵਾਲੇ ਸੀ, ਜਿਹੜੀ ਖਬਰ ਦਿੱਤੀ ਇਹਨਾਂ ਨੇ ਉਹ ਭੱਜਣ ਵਾਲੇ ਸੀ। ਉਹ ਪਾਸਾ ਤਾਂ ਇੱਥੋਂ ਹੀ ਫਸ ਸਕਦੇ ਸੀ, ਉਹ ਮਗਰ ਕਿੰਨਾ ਥਾਂ ਪਿਆ ਸੀ ਜਾਣਾ ਹੁੰਦਾ। ਜੇ ਉਹਨਾਂ ਗਲਤੀ ਹੁੰਦੀ ਕੋਈ ਮਨ 'ਚ ਹੁੰਦਾ, ਉਹ ਜਿਹੀ ਚੁੱਪ ਕਰਕੇ ਗ੍ਰਿਫਤਾਰੀ ਦਿੱਤੀ ਉਹਨਾਂ ਨੂੰ ਜਾ ਕੇ। ਅਸੀਂ ਉੱਥੇ ਖੜੇ ਹਾਂ ਜਿੱਥੇ ਜਥੇਦਾਰ ਸਾਹਿਬ ਆਖਰੀ ਵਾਰ ਬੈਠੇ ਸੀ। ਸਾਡੇ ਨਾਲ ਪਰਿਵਾਰ ਆ, ਪਿੰਡ ਦੇ ਲੋਕ ਨੇ, ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸਾਹਿਬ ਦੇ ਅੰਦਰ ਜਿੱਥੇ ਕਥਾ ਹੋ ਰਹੀ ਸੀਗੀ, ਇਸੇ ਥਾਂ 'ਤੇ ਜਥੇਦਾਰ ਸਾਹਿਬ ਕਥਾ ਕਰ ਰਹੇ ਸੀ। ਔਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਹੀ ਦਿਨ ਚੱਲ ਰਹੇ ਸੀਗੇ, ਅਤੇ ਉਹਨਾਂ ਦੇ ਜਿਹੜੇ ਸ਼ਬਦ ਸੀਗੇ, ਆਖਰੀ ਉਹ ਇਹ ਸ਼ਬਦ ਸੀਗੇ ਕਿ ਸਰੀਰ ਮੁਕਾਇਆ ਜਾ ਸਕਦਾ, ਆਤਮਾ ਨਹੀਂ ਮੁਕਾਈ ਜਾ ਸਕਦੀ। ਸੰਗਤ ਨੇ ਪੁੱਛਿਆ, ਸਵਾਲ ਕੀਤੇ ਵੀ ਕੀ ਗੱਲ ਜੀ, ਸਾਨੂੰ ਦੱਸੋ ਕਾਹਤੋਂ ਲੈ ਕੇ ਜਾਂਦੇ ਹਾਂ, ਇਹ ਕੀ ਗੱਲ ਆ, ਹੁਣ ਹੁਣੇ ਤਾਂ ਇਹ ਹਰਿਆ ਹੋ ਕੇ ਆਏ ਆ। ਕਹਿੰਦੇ ਸਾਨੂੰ ਹੁਕਮ ਹੈ। ਬਾਬਾ ਜੀ ਨੇ ਜਿਹੜੇ ਸਾਰੀ ਉਮਰ ਹੀ ਇਹਨਾਂ ਦੇ ਨਾਲ ਰਹੇ, ਅਤੇ ਜਿਨ੍ਹਾਂ ਨੇ ਹੁਣ ਵੀ ਘਰੀ ਸੇਵਾ ਕਰਦੇ ਨੇ, 8 ਦਿਨ ਰੱਖੇ ਤੇ ਭੁੱਖੇ ਹੀ ਰੱਖੇ ਆ, 8 ਦਿਨ ਭੁੱਖਿਆਂ ਵਾਂਗੂ ਹੀ ਰੱਖੇ ਆ। ਉੱਥੇ ਚਲੇ ਗਏ ਨੇ ਸ਼ਨੀ ਦੇ, ਇਹਨੇ ਬਹੁਤ ਕੁਛ ਕੀਤਾ। ਅਸੀਂ ਕਮਰੇ 'ਚ ਉਸ ਜਾਣ ਦੀ ਪਹਿਲਾਂ ਸਰਕਟਾਂ ਆੜ ਕੇ ਫਿਰ ਕੁਰਸੀ 'ਤੇ ਬੈਠਾ, ਬਦਬੋ ਮਾਰੇ ਅਸੀਂ ਬੈਠਣਾ ਹੀ ਸੀ ਗੁਰੂ ਮਹਾਰਾਜ ਦੇ ਹੁਕਮ ਨਾਲ। ਬੈਠ ਗਏ, ਕਹਿੰਦਾ ਆਓ ਜੀ ਦੱਸੋ, ਕਹਿੰਦੇ ਵੀ ਐਂ ਆਇਆ ਸੀ। ਫਿਰ ਮੈਨੂੰ ਕਹਿਣ ਲੱਗੇ ਤੁਸੀਂ ਜਥੇਦਾਰ ਕਿਹੋ ਜਿਹਾ ਬੰਦਾ ਸੀ। ਮੈਂ ਕਿਹਾ ਜੀ ਬੰਦੇ ਅਸੀਂ ਤਾਂ ਕਹਿੰਦੇ ਉਹਦੇ ਵਰਗੇ ਬੰਦਾ ਹੀ ਨਹੀਂ ਸੀ ਕੋਈ, ਕਿਉਂਕਿ ਕਹਿੰਦਾ ਤੁਸੀਂ ਕਾਹਤੋਂ ਕਹਿੰਦੇ ਆ। ਮੈਂ ਕਿਹਾ ਜੀ ਅਸੀਂ ਸਾਡੀ ਜ਼ਿੰਦਗੀ ਬਣਾ ਤੀ ਉਹਨਾਂ ਨੇ, ਅਸੀਂ ਸ਼ਰਾਬ ਸ਼ੁਰੂ ਪੀਂਦੇ ਸੀ, ਅਸੀਂ ਉਹਨਾਂ ਦੇ ਪ੍ਰਚਾਰ ਨਾਲ ਅਸੀਂ ਅੰਮ੍ਰਿਤ ਛਕ ਲਿਆ। ਤੁਸੀਂ ਕਹਿੰਦੇ ਜ਼ਿੰਦਗੀ ਬਣਾ ਤੀ ਜਿਹਨਾਂ ਦੀਆਂ ਗੁਆਤੀਆਂ, ਮੈਂ ਕਿਹਾ ਅਸੀਂ ਤਾਂ ਨਹੀਂ ਕਹਿ ਸਕਦੇ ਅਤੇ ਜ਼ਿੰਦਗੀਆਂ ਗੁਆਤੀਆਂ ਕਿਸੇ, ਸਾਨੂੰ ਤਾਂ ਇਹ ਗੱਲ ਦਾ ਭੋਰਾ ਵੀ ਅਲਮ ਹੈ ਨਹੀਂ, ਕੋਈ ਇਹੋ ਜਿਹੀ ਜ਼ਿੰਦਗੀ ਤੋਂ ਕਹਿਣ ਵਾਲੇ ਕਰਨ ਵਾਲੇ ਨਹੀਂ ਸੀ ਇਸ ਵਿੱਚ। ਸਾਰੀਆਂ ਸਰਕਾਰਾਂ ਦੇ ਉੱਤੇ ਸਾਡਾ ਇਸ ਚੀਜ਼ ਦਾ ਰੋਸ ਆ, ਜਦੋਂ ਕੋਈ ਤਲਵਾਰੀ ਦੀ ਰਿਪੋਰਟ ਹੀ ਦੱਬਤੀ ਉਹਨਾਂ ਨੇ, ਨਸ਼ਰ ਹੀ ਨਹੀਂ ਹੋਣ ਦਿੱਤੀ ਇਹਨਾਂ ਨੂੰ। ਇਹ ਖੁਦਾ ਡੀ ਜੀ ਪੀ ਸੀ, ਇਹ ਸਮੇਤ ਸੈਣੀ ਸੀ, ਖੁਦੇ ਇਹਨਾਂ ਦੇ ਵਿੱਚ 10 ਸਾਲ ਰਹੇ ਆ। ਇਹਨਾਂ ਨੇ ਜਿਹਨਾਂ ਨੇ ਕਾਂਡ ਕੀਤਾ ਉਹਨਾਂ ਨੂੰ ਹੀ, ਉਹ ਕਿਤੋਂ ਜਾਂਚ ਕਰਦੇ ਨਹੀਂ, ਜਾਂਚ ਉਹਨਾਂ ਨੇ ਹੋਣ ਦਿੱਤੀ, ਬਸ ਉਹ ਦੱਬੀ ਰੱਖੀ ਰਿਪੋਰਟ। ਬੰਦੇ ਕੁਛ ਆ ਕੇ ਕਹਿੰਦੇ ਪੁਲਿਸ ਆਈ ਆ, ਪੁਲਿਸ ਆਈ ਆ, ਉਹ ਕਹਿੰਦਾ ਕੋਈ ਗੱਲ ਨਹੀਂ ਪੁਲਿਸ ਆਈ ਤਾਂ ਕੀ ਆ, ਅੱਗੇ ਵੀ ਆਉਂਦੀ ਆ ਪੁਲਿਸ, ਕਹਿੰਦਾ ਤਾਂ ਕੀ ਹੋਜੂਗਾ। ਅਤੇ ਇੱਕ ਇਤਿਹਾਸ ਸਾਹਿਬਜ਼ਾਦਿਆਂ ਦੀ ਚੱਲਦੀ ਸੀਗੀ। ਦੁਨੀਆ ਦੇ ਵੱਖ ਵੱਖ ਧਰਮਾਂ 'ਚ ਧਰਮ ਮੁਖੀਆਂ ਦੇ ਵੱਖ ਵੱਖ ਅਹੁਦੇ ਨੇ, ਜਿਵੇਂ ਕ੍ਰਿਸਚੈਨਿਟੀ 'ਚ ਪੋਪ ਦਾ ਅਹੁਦਾ, ਹਿੰਦੂਇਜ਼ਮ ਦੇ ਅੰਦਰ ਸ਼ੰਕਰਾਚਾਰੀਆ ਨੇ, ਇਸੇ ਤਰ੍ਹਾਂ ਇਸਲਾਮ 'ਚ ਵੱਖਰੇ ਤਰ੍ਹਾਂ ਦੇ ਮੁਖੀ ਨੇ, ਬੁੱਧਿਜ਼ਮ, ਜੈਨਿਜ਼ਮ। ਸਿੱਖਾਂ ਦੇ ਅੰਦਰ ਇਹ ਅਹੁਦਾ ਜਥੇਦਾਰ ਦਾ, ਜਿਹੜਾ ਕੌਮ ਦੀ ਧਰਮ ਦੀ ਅਗਵਾਈ ਕਰਦਾ। ਪਰ ਦੁਨੀਆ ਦੇ ਕਿਸੇ ਧਰਮ 'ਚ, ਚਾਹੇ ਉਹ ਪੋਪ ਹੋਣ, ਚਾਹੇ ਸ਼ੰਕਰਾਚਾਰੀਆ ਹੋਣ, ਚਾਹੇ ਕਿਸੇ ਹੋਰ ਧਰਮ ਦੇ ਮੁਖੀ ਹੋਣ, ਅੱਜ ਤੱਕ ਇਹ ਨਹੀਂ ਹੋਇਆ ਕਿ ਉਹਨਾਂ ਦਾ ਕਾਨੂੰਨੀ ਲੋਕ ਹੀ ਕਾਨੂੰਨ ਦੇ ਰਖਵਾਲੇ ਕਤਲ ਕਰ ਦੇਣ। ਔਰ ਇਹ ਗੱਲ ਕੋਈ ਹੋਰ ਨਾ ਕਹਿ ਰਿਹਾ ਹੋਵੇ, ਇਹ ਗੱਲ ਵੀ ਕਾਨੂੰਨ ਦੇ ਅਹੁਦੇ 'ਤੇ ਬੈਠਾ ਇੱਕ ਵੱਡਾ ਅਫਸਰ BP ਤਿਵਾੜੀ, ਜਿਨ੍ਹਾਂ ਦੀ ਰਿਪੋਰਟ ਆਉਂਦੀ ਆ, ਉਹ ਕਹਿੰਦੇ ਨੇ ਕਿ ਹਾਂ ਇਹ ਕਤਲ ਹੋਇਆ ਗਾ, ਔਰ ਇਹ ਇਸ ਤਰ੍ਹਾਂ ਦਾ ਕਤਲ ਹੋਇਆ ਜਿਹੜਾ ਨਹੀਂ ਹੋਣਾ ਚਾਹੀਦਾ ਸੀ। ਇਹਦੇ ਬਹੁਤ ਸਾਰੇ ਸਵਾਲ ਖੜ੍ਹੇ ਹੋਏ। ਜਥੇਦਾਰ ਕੌਂਕੇ, ਜਿਨ੍ਹਾਂ ਦੀ ਚਰਚਾ ਅੱਜ ਦੁਨੀਆ ਭਰ 'ਚ ਹੋ ਰਹੀ ਆ, ਪਹਿਲਾਂ ਵੀ ਹੁੰਦੀ ਰਹੀ ਹੈ, ਪਰ ਕਿਉਂਕਿ ਹੁਣ
पुख्ता सबूत आ गए ने। पहला परिवार गल कहिंदा सी, अगला कहिंदा सी पता नहीं सच्ची है पता नहीं झूठी है, पर जदों रिपोर्ट च आ गया, वह भी सरकार की रिपोर्ट, वह भी पुलिस के वड्डे अफसर की रिपोर्ट, तो फिर वड्डे सवाल खड़े होंदे ने कि जे कोई कसूर भी सी, जे कोई गलती भी सी तां कानून मुताबक सज़ा मिलती, इस तरह की सज़ा क्यों दिती गई साढ़े नाल। असी उत्थे खड़े हाँ जिथे जथेदार साहब आखिरी बार बैठे सी, साडा नाल परिवार आ, पिंड दे लोक ने, मेरे पिछे तुसी देख रहे हो गुरद्वारा साहब दे अंदर जिथे कथा हो रही सी, इसे थां ते जथेदार साहब कथा कर रहे सी और साहिबजादियां दी शहीदी दे ही दिन चल रहे सीगे। ते उन्हां दे जिहड़े शब्द सीगे, उन्हां दे जिहड़े शब्द सीगे आखिरी, ओह शब्द सीगे कि शरीर मुकाया जा सकदा आत्मा नहीं मुकाई जा सकती। इस तरह का प्रवचन वह संगत लिए कर रहे सी जो उन्होंने इस गुरद्वारा साहब चो चुकया गया, जा इस गुरद्वारा साहब चो पुलिस लैके गई, इतने वो कथा कर रहे सी, इतों वो फिर पुलिस घर लेके जाती, उस तो बाद उन्हां दी गिरफ्तारी होंदी और कुछ दिनों बाद खबर होंदी कि भगौड़े हो गए। परिवार ने उदों भी कहा सी कि ये कतल है, तो परिवार ने उदों ही भोग पा दिता सी, पर इन्ने साल बाद गल अज 2023 हो रही है। साडे नाल उन्हां दे बेटे ने हरी सिंह जी, साडे नाल बाकी जिहड़ी संगत आ जिहड़े उदों मौके ते मौजूद सीगे, ये सारी संगत जिहड़ियां मातावां खड़ियां ने और जिहड़े बजुर्ग ने, ये मौके ते सीगे जदों कथा हो रही सी। और ये 1992 दा साल सीगा, 1992 दे अंदर, 92 दे अंदर दसंबर 92 च, 1992 च दसंबर दे महीने, और जदों साहिबजादियां दा 21 दसंबर जी 25 दसंबर, तो साहिबजादियां दे दिन भी तुहानूं पता हर बार दसंबर च आउंदे ने, ते 25 ही साहिबजादियां दा 25 26 27 28 आपां सारे मनाउंदे आ, उदों भी उह जिहड़ा इत्थे कथा इसे तरह की साहिबजादियां नाल जोड़ के ही कर रहे सी। असीं गलबात करदे आ, साडे नाल फैमिलीज़ ने, परिवार भी आ, परिवार नाल गलबात हुई है, पर पहला मैं शुरू करूँगा अंकल होरां तों। अंकल तुसीं इत्थे सीगे, तुसीं कीर्तन हो रहा सी, तुसीं घटना दे चश्मदीदों गवाह होंगे इस थान दा, 92 तो अज 2023 आ गया, की होया सी उस दिन? उस दिन जी ये समझ लो भी जदों तो जेल चो आए आ, इत्थे कथा शुरू सी उन्हां दी, किसी पासे नहीं जाते सी, ते हर रोज़ ते कथा की समाप्ति होने पुलिस बार च खड़ी सी गेट कोले, ते इत्थे पता लग गया, सुनेहा आ गया भी पुलिस खड़ी आ, चल ये कहिंदे कोई गल नहीं, तुर पे ये इत्थों, असी मगर तुर पे हाँ, ते वो कहिंदे सानू लैके जाना, गुरमीत सिंह सीगा जी इंस्पैक्टर, वो कहिंदा चलो जी सानू लैके जाना, ये कहिंदे जी कादे वास्ते, कहिंदे सानू तां हुक्म होया एस एस पी साहब दा, ये कहिंदे चलो चलते, तो ऐं तां कहिंदे नहीं हुंदे सी मैं नहीं जाना, चल इतों, ये कहिंदे मैं घरों आपदे वस्त्र चक लां, तो चलो उत्थे घर नूं, असीं मगर तुर पे, ये मूहरे तुर पे नाल ही पुलिस वाले, ये उरे रोड ते खड़ गए पुलिस वाले, उरे रोड जांदा छोटे कौंकियां नूं, ते उत्थे सानूं भी घड़िया लगा, हाँ जान नहीं दिता, ते ये अंदरों वस्त्र आपदे पा लिया, इन्हां ने आ गए आपदे आप ही उत्थे, असीं संगत ने पुछया सवाल किए भी की गल जी सानूं दसो कातों लिखे जाने ये की गल आ, हुण हुणे तां ये रिहा हो के आए आ, कहिंदे सानूं हुक्म है, मैं कहा सानूं ऐ तां पता लगे भी कादा हुक्म है, की गल आ, केस की आ, भी हुणे तां आए आ ये, ते कहिंदे इह ना प्रचार करिया करन बाहर पिंडां च जाके, असीं नहीं आउंदे, मैं कहा जी अज जिन्नी संगत खड़ी आ असीं सारे सौं खाण नूं तिआर हाँ, भी जदों जेल चों आए आ ये एक दिन भी किसे पासे नहीं गए, सिर्फ ये आउण सार पहलां छेवें पातशाह दे आपदा सदाई करके फिर घर आए आ, तो उदू बाद दूजा कथा कर दिया रोज़ भी सारे संगत बहुत सी, बहुत सारे बंदे हुण है नहीं हाजिर क्योंकि कुछ ज़्यादा उम्र दे सी बंदे, कुछ गांह चढ़ाई कर गए, तो कहिंदे फिर जवाब दिता उन्होंने, कहिंदे तुसीं जिहड़े साडे पिंड दे भज्जे फिरदे आ मुंडे उन्होंने पेश करा दिओ, असीं नहीं आउंदे, मैं कहा जी उह सानूं की पता हुण कित्थे फिरदे आ, कित्थे किवें असीं पेश करा सकदे आ, कहिंदे उन्हां दे घरदिआं नूं कहो, मैं कहा घरदे भी है नहीं गए, जे घरदे भी इत्थे आण सी कहीए भी सानूं तुसीं उन्हां नूं करो दसो भालो उन्हां नूं कितें, ते नहीं जी उन्हां नूं पेश कराओ, उह साडे इत्थे आउंदे आ, आ जो बहुत गल्लां कहीआं जी, असीं चुप कर जांदे जदों थोड़ा गर्म बोलदे सी, ते उह फिर मेरे मूँहों इक गल होर निकल गई जी, मैं कहा ना तां सानूं लोकां नूं साडे ते यकीन रिहा, ना थोनूं जो लोकां ते रिहा, ਕਹਿੰਦਾ ਉਹ ਕਿਸ ਤਰ੍ਹਾਂ, ਮੈਂ ਕਿਹਾ ਜੀ ਤੁਸੀਂ ਸਾਡੇ ਦੂਏ ਵਾਰਡ 'ਚੋਂ ਇੱਕ ਮੁੰਡਾ ਲੈ ਗਏ ਸੀ,
ਮੈਂ ਕਿਹਾ ਉਹ ਵੀ ਤੁਸੀਂ ਲਿਜਾ ਕੇ ਕਹਿ ਤਾ ਤਾਂ ਭਗੌੜਾ ਹੋ ਗਿਆ। ਫਿਰ ਉਹ ਥੋੜ੍ਹਾ ਗਰਮੀ ਨਾਲ ਬੋਲੇ, ਕਹਿੰਦਾ ਤੁਸੀਂ ਉਹ ਪੇਸ਼ ਕਰਾ ਕੇ ਆਏ ਸੀ, ਉਹ ਅਸੀਂ ਲਗਾਏ ਹਾਂ ਚਾ ਕੇ, ਸਾਨੂੰ ਉਹਦਾ ਸੀਗਾ ਪਤਾ ਲੱਗਾ, ਉਹਦੇ ਕੋਲ ਅਸਲਾ ਪਿਆ ਸੀ ਬਹੁਤ ਜ਼ਿਆਦਾ, ਬਾਕੀ ਉਹਦੇ ਕੋਲ ਆਉਂਦੇ ਸੀ ਮੁੰਡੇ ਆਉਂਦੇ ਸੀ, ਤੁਸੀਂ ਉਹ ਪੇਸ਼ ਕਰਾ ਕੇ ਆਏ ਸੀ। ਵਾਹਵਾ ਬੋਲੇ ਜੀ, ਫਿਰ ਚੁੱਪ ਕਰ ਗਏ, ਉਹ ਜ਼ੋਰ ਵੀ ਨਹੀਂ ਚੱਲਦਾ ਸੀ ਉਦੋਂ। ਬਾਅਦ 'ਚ ਫਿਰ ਅਸੀਂ ਸੋਹਣਿਆਂ ਤੋਂ ਉਹਨਾਂ ਨੇ ਪੁੱਛੋ ਜਾ ਕੇ ਸਾਡੇ ਕੋਲ ਪੇਸ਼ ਕਰਾਇਆ, ਉਹਨੂੰ ਕੋਈ ਗੱਲਬਾਤ ਨਹੀਂ ਅਸੀਂ ਕੀਤੀ, ਉਹ ਜੇਲ੍ਹ 'ਚ ਭੇਜਦਾ ਆਜੂਗਾ ਥੋੜ੍ਹੇ ਟਾਈਮ ਘਰ ਆਜੂਗਾ। ਇਸ ਤਰ੍ਹਾਂ ਹੀ ਗੱਲਾਂ ਕਰ ਕਰ ਕੇ ਜੀ ਫਿਰ ਉਹਦੋਂ ਭਾਈ ਸਾਹਿਬ ਜੀ ਆ ਗਏ ਅਤੇ ਲੈ ਕੇ ਚਲੇ ਗਏ ਫਿਰ ਉੱਥੇ। ਹਾਂਜੀ, ਕੀ ਹੋਇਆ ਸੀਗਾ ਜੀ, ਤੁਸੀਂ ਵੀ ਉਸ ਦਿਨ ਮੌਕੇ 'ਤੇ ਸੀਗੇ, ਕੀ ਹੋਇਆ ਸੀ ਇੱਥੇ ਤੁਹਾਡੇ ਮੌਕੇ 'ਤੇ ਨਹੀਂ ਸੀ, ਬਸ ਤੁਸੀਂ ਦੇਖਦੇ ਰਹੇ ਹੋ, ਪਰ ਜੋ ਹੋਇਆ ਮੈਂ ਨਹੀਂ ਸੀ ਜਾਇਆ, ਮੈਂ ਤਾਂ ਮੋਟਰ 'ਤੇ ਸੀਗਾ ਜਦੋਂ ਮੈਨੂੰ ਪਤਾ ਲੱਗਿਆ। ਫਿਰ ਤੁਸੀਂ ਇੱਥੇ ਆਏ? ਆਇਆ ਤਾਂ ਬਈ ਆਇਆ ਭਾਈ ਸਾਹਿਬ ਨੂੰ ਲੈਣ ਆਇਆ, ਸਾਡੀ ਮਾਸੀ ਹੋਈ ਕਹਿਣ ਲੱਗੀ, ਅਤੇ ਮੈਂ ਜਦੋਂ ਆਇਆ ਤਾਂ ਅਤੇ ਉਹ ਫਿਰ ਜਦੋਂ ਮੈਂ ਆਇਆ ਭਾਈ ਸਾਹਿਬ ਨੂੰ ਲੈ ਕੇ ਚਲੇ ਗਏ ਸੀ। ਕੋਈ ਗੱਲ ਨਾ, ਉਹ ਮਾਤਾਵਾਂ ਨੇ ਜਿਹੜੀਆਂ ਉਸ ਟਾਈਮ ਕੀਰਤਨ ਸੁਣ ਰਹੀਆਂ ਸੀ, ਬੇਬੇ ਜੀ ਆ ਜਾਓ, ਅੱਗੇ ਆ ਜਾਓ, ਅੱਗੇ ਆ ਜਾਓ, ਤੁਸੀਂ ਵੀ ਅੱਗੇ ਆ ਜਾਓ। ਕੀ ਕਥਾ ਚੱਲ ਰਹੀ ਸੀ, ਕੀ ਉਦੋਂ ਉਹ ਕਹਿ ਰਹੇ ਸੀਗੇ, ਇੱਥੇ ਕੋਈ ਕੋਈ ਇਹੋ ਜਿਹਾ ਪ੍ਰਚਾਰ ਕਰ ਰਹੇ ਜਿਹੜਾ ਭੜਕਾਊ ਸੀਗਾ, ਜਿਹੜਾ ਜਿਹਦੇ ਕਰਕੇ ਉਹਨਾਂ ਨੂੰ ਪੁਲਿਸ ਨੇ ਚੱਕ ਲਿਆ? ਨਹੀਂ ਜੀ, ਇਹੋ ਜਿਹਾ ਪ੍ਰਚਾਰ ਬਿਲਕੁਲ ਨਹੀਂ ਕੀਤਾ ਉਹਨਾਂ ਨੇ, ਬੜੇ ਬਰਾਗਮਈ ਠੰਡੇ ਮਤੇ ਨਾਲ ਹਰ ਇੱਕ ਗਰੀਬ ਦੀ ਬਾਂਹ ਫੜਦੇ ਸੀ। ਇਹੋ ਜਿਹੀ ਗੱਲ ਤਾਂ ਜੀ ਉਹਨਾਂ 'ਚ ਕੋਈ ਵੀ ਹੈ ਨਹੀਂ ਸੀ। ਅਸੀਂ ਤਾਂ ਹੈਰਾਨ ਦੀ ਗੱਲ ਆ ਵੀ ਉਹਨਾਂ ਨੂੰ ਕਿਉਂ ਇਹਨਾਂ ਨੇ ਕੀਤਾ। ਇੱਕ ਉਹ ਤਾਂ ਬਹੁਤ ਬਹੁਤ ਵਧੀਆ ਮਹਾਂਪੁਰਖ ਸੀ, ਬਹੁਤ ਵਧੀਆ, ਕੋਈ ਉਹਨਾਂ ਨੇ ਭੜਕਾਊ ਪਿਆਰ ਪ੍ਰਚਾਰ ਨਹੀਂ ਕੀਤਾ, ਬਰਾਗਮਈ ਕਥਾ ਕਰਦੇ ਸੀ, ਸਭ ਦਾ ਦੁੱਖ ਸੁੱਖ ਸੁਣਦੇ ਸੀ। ਜਿਹੜੀ ਉਹਨਾਂ ਨੇ ਤੂਮਤਾਂ ਲਾਈਆਂ ਬਿਲਕੁਲ ਝੂਠੀਆਂ ਲਾ ਕੇ ਉਹਨਾਂ ਨੂੰ, ਐਡਾ ਨਿਰਦੋਸ਼ ਉਹਨਾਂ ਨੂੰ, ਉਹਨਾਂ ਦੇ ਸੱਤਾ ਕੀਤੇ ਸਾ ਤੁਸ ਜਿਹੜਾ ਦਿਲ ਬਹੁਤ ਪੁੱਛਿਆ ਜਾਂਦਾ, ਬਿਲਕੁਲ ਬਹੁਤ ਚੰਗੇ ਸੀ, ਇੰਨਾ ਉਹਨਾਂ 'ਤੇ ਕੋਈ ਜਿਹੜੇ 'ਤੇ ਸਦ ਕਰਨਾ ਸੀ ਕਰਨਾ ਚਾਹੀਦਾ ਨਹੀਂ ਸੀ ਉਹਨਾਂ ਨੂੰ। ਬਹੁਤ ਪੁਲਿਸ ਜਿੱਦਣ ਦੂਜੇ ਨੇ ਖਬਰ ਦੇਤੀ, ਉੱਦਣ ਵੀ ਸਾਨੂੰ ਜਾਣ ਨਹੀਂ ਦਿੰਦੇ ਅੰਦਰ, ਉੱਦਣ ਵੀ ਪੁਲਿਸ ਬਹੁਤ ਸੀ, ਮੇਰਾ ਭਰਾ ਵੀ ਉੱਦਣ ਇੱਥੇ ਸੀ। ਇੱਥੋਂ ਜਦੋਂ ਘੱਟ ਅਸੀਂ ਨਾਲ ਸਾਰੇ ਤੁਰੇ ਗਏ, ਜਿਵੇਂ ਦੱਸਦੇ ਭਾਈ ਸਾਹਿਬ ਇਹੀ ਗੱਲਾਂ ਹੋਈਆਂ ਉੱਥੇ, ਸਾਨੂੰ ਉਹਨਾਂ ਨੇ ਬੋਲਣ ਦੀ, ਸਾਨੂੰ ਵੀ ਰੋਕਦੇ ਸੀ ਵੀ ਅੰਦਰ ਨਾ ਜਾਓ। ਉਹਨਾਂ ਨੇ ਆਪਦਾ ਚੋਲਾ ਚੱਕਿਆ, ਇੱਕ ਪਰਨਾ ਚੁੱਕਿਆ, ਬਸ ਚਲੇ ਗਏ, ਮੁੜ ਕੇ ਸਾਨੂੰ ਦਰਸ਼ਨ ਨਹੀਂ ਹੋਏ। ਪ੍ਰਸ਼ਾਦਾ ਵੀ ਉਹਨਾਂ ਨੂੰ ਕਹਿੰਦੇ ਸੀ ਛੱਕ ਲਿਆ, ਬਿਲਕੁਲ ਛੱਕਦੇ ਸੀ, ਬਹੁਤ ਤਸੀਹ ਦਿੱਤੇ ਉਹਨਾਂ ਨੇ, ਜੂਠੇ ਕਰਕੇ ਆਪ ਹੀ ਭੰਡ ਉਂਗਲਾਂ ਲਾ ਕੇ ਉਹਨਾਂ ਨੂੰ ਪ੍ਰਸ਼ਾਦਾ ਮੋੜ ਦਿੰਦੇ ਸੀ। ਇਹੋ ਜਿਹਾ ਦੁੱਖਦਾਈ, ਇਹੋ ਦੁੱਖਦਾਈ ਸਾਨੂੰ ਝੱਲਣਾ ਜੀ ਬਹੁਤ ਮੁਸ਼ਕਲ ਆ, ਕਿ ਉਹਨਾਂ ਨੇ ਐਂ ਕੀਤੀ। ਉਹਨਾਂ ਇਹੋ ਜਿਹੇ ਦਰਵੇਸ਼, ਇਹੋ ਜਿਹੇ ਮਿੱਠੀ ਬੋਲੀ ਵਾਲੇ, ਇਹੋ ਜਿਹੇ ਸਭ ਦਾ ਦੁੱਖ ਸੁੱਖ ਸੁਣਨ ਵਾਲੇ, ਜਿਹੜੇ ਉਹਨਾਂ ਨੂੰ ਤੂਮਤਾਂ ਲਾਈਆਂ ਬਿਲਕੁਲ ਝੂਠੀਆਂ ਲਾਈਆਂ, ਬਿਲਕੁਲ ਤਸ਼ਰਦ ਉਹਨਾਂ ਨੇ ਕੋਈ ਹੱਕ ਦਾ ਨਹੀਂ ਕੀਤਾ। ਜਿਹੜੇ ਮਾਰਨ ਵਾਲੇ ਸੀ ਉਹਨਾਂ ਨੂੰ ਮਾਰਦੇ, ਇਹਨਾਂ ਨੂੰ ਜਿਹੜੇ ਮਾਰਨ ਵਾਲੇ ਨੇ ਕੀਤਾ ਉਹਨਾਂ ਨੂੰ ਮਾਰਨ। ਉਸਨੇ ਉਦੋਂ ਕਿਹਾ ਕਿ ਜੀ ਕਤਲ ਹੋਇਆ ਪਿੰਡ 'ਚ, ਕਤਲ 'ਚੋਂ ਸ਼ਾਮਿਲ ਨੇ ਉਹ, ਮੁੰਡਿਆਂ ਨਾਲ ਜੁੜੇ ਹੋਏ ਨੇ, ਚਿੱਠੀਆਂ ਦਿੰਦੇ ਨੇ, ਇਸ ਤਰ੍ਹਾਂ ਦੇ ਇਲਜ਼ਾਮ ਲਾਏ ਪੁਲਿਸ ਨੇ? ਹਾਂ, ਇਹ ਝੂਠੇ ਲਾਉਂਦੇ ਆ, ਝੂਠੇ ਲਾਏ ਆ ਜੀ, ਇਹੋ ਜਿਹੀ ਗੱਲ ਕੋਈ ਨਹੀਂ ਸੀ, ਕੋਈ ਭੜਕਾਊ ਨਹੀਂ ਪ੍ਰਚਾਰ ਨਹੀਂ ਸੀ ਕਰਦੇ, ਮਿੱਠੀ ਬੋਲੀ ਸੀ, ਦੁੱਖ ਸੁੱਖ ਸੁਣਦੇ, ਇਹੋ ਜਿਹੀ ਗੱਲ ਕੋਈ, ਸਭ ਝੂਠੀਆਂ ਗੱਲਾਂ, ਸਭ ਉਹਨਾਂ ਨੇ ਬਹਾਨੇ ਲਾਏ ਆ ਜੀ, ਕਿੱਥੇ ਭਰਨਗੇ। ਬਹੁਤ ਇੰਨਾ ਚਿਰ ਹੋ ਗਿਆ, ਸਾਡਾ ਦਿਲ ਪੁੱਛਿਆ ਜਾਣੀ ਦਾ, ਛੋਟੇ ਛੋਟੇ ਬੱਚੇ ਸੀ ਉਦੋਂ, ਬਹੁਤ ਬੁਰੀ ਹਾਲਤ ਉਹਨਾਂ ਨੇ ਕੀਤੀ ਸਾਨੂੰ। ਹੁਣ ਪਤਾ ਲੱਗਦਾ, ਹੁਣ ਸਾਨੂੰ ਵੀ ਸਹਿਣਾ ਬਹੁਤ ਔਖਾ ਹੋ ਗਿਆ, ਕਿ ਉਹਨਾਂ ਨੇ ਉਹ ਭੱਜਣ ਵਾਲੇ ਸੀ, ਜਿਹੜੀ ਖਬਰ ਦਿੱਤੀ ਇਹਨਾਂ ਨੇ ਉਹ ਭੱਜਣ ਵਾਲੇ ਸੀ, ਉਹ ਫਸ ਸਕਦੇ ਇੱਥੋਂ ਹੀ ਫਸ ਸਕਦੇ ਸੀ ਉਹ, ਮਗਰ ਕਿੰਨਾ ਥਾਂ ਪਿਆ ਸੀ, ਜਾਣਾ ਹੁੰਦਾ ਜੀ ਉਹਨੇ, ਗਲਤੀ ਹੁੰਦੀ ਕੋਈ ਮਨ 'ਚ ਹੁੰਦਾ, ਉਹ ਜਿਹੀ ਚੁੱਪ ਕਰਕੇ ਗ੍ਰਿਫਤਾਰੀ ਦਿੱਤੀ ਉਹਨਾਂ ਨੇ ਜਾ ਕੇ, ਪਤਾ ਸੀ ਬਾਹਰ ਪੁਲਿਸ ਬਹੁਤ ਖੜ੍ਹੀ ਆ, ਬਹੁਤ ਧੱਕਾ ਕੀਤਾ ਜੀ ਉਹਨਾਂ ਨੇ। ਹੁਣ ਉਹਨਾਂ ਦਾ ਜ਼ਰੂਰ ਇਹਨੇ ਚੋੜ ਕੱਢਣਾ ਚਾਹੀਦਾ ਸੀ, ਤਾਂ ਇਹ ਬੇਨਤੀ ਕਰਦੇ ਹਾਂ। ਉਦਨ ਕੀਰਤਨ ਕਿਸ ਤਰ੍ਹਾਂ ਦਾ ਫਿਰ ਉੱਥੇ, ਕਥਾ 'ਚ ਕੀ ਹੋ ਰਹੀ ਸੀ ਕਥਾ ਇੱਥੇ? ਕਥਾ ਤਾਂ ਜੀ ਪਹਿਲਾਂ ਉਹਨਾਂ ਨੇ ਬਰਾਗਮਈ ਕਥਾ ਕੀਤੀ ਆ, ਪਹਿਲਾਂ ਸਾਹਿਬਜ਼ਾਦੀ ਕਥਾ ਕਰਦੇ ਸੀ, ਫਿਰ ਬਰਾਗਮਈ ਕਥਾ ਕੀਤੀ ਆ, ਕੋਈ ਉਹਨੇ ਭੜਕਾਊ ਗੱਲ ਨਹੀਂ ਕੀਤੀ। ਹਾਂ, ਬਾਣੀ ਦੀ ਗੱਲ ਹੀ ਕਰਦੇ ਸਰ, ਗੱਲ ਕੀਤੀ ਨਹੀਂ, ਜਿਉਂ ਅੱਜ ਤੂੰ ਇੱਥੇ ਹੀ ਬਸ ਕਰਦਾ, ਕਿਤੇ ਗਏ ਨਹੀਂ ਉਹ। ਤੁਸੀਂ ਆਤਮਾ ਵਾਲੀ ਗੱਲ ਤੁਸੀਂ ਦੱਸ ਰਹੇ ਸੀ ਨਾ ਮੈਨੂੰ, ਕੀ ਆਤਮਾ ਵਾਲੀ ਆ ਮੇਰੇ? ਹਾਂ, ਇਹ ਦੱਸ ਦੇ। ਹਾਂ, ਮੈਂ ਉੱਠ ਕੇ ਜਿਵੇਂ ਉਹਨਾਂ ਨਾਲ ਜਿਹੜੀ ਮਗਰੋਂ ਕਹਾਣੀ ਬਣੀ ਆ ਨਾ, ਉਹ ਉੱਦਾਂ ਹੀ ਉਹਨਾਂ ਸੁਣਾ ਤੁਸੀਂ, ਸਾਨੂੰ ਉਹਦੇ ਚਿੱਤ 'ਚ ਹੋ ਗਿਆ ਸੀ ਇਹ ਜੇ ਅੰਮ੍ਰਿਤ ਦੇ ਵੇਲੇ ਕੀ ਹੋਇਆ ਸੀ, ਕੀ ਗੱਲ ਹੋਈ ਸੀ? ਉਹ ਅਸੀਂ ਵੀ ਜੇ ਬੰਦੇ ਦਾ ਕੋਈ, ਜੇ ਕਿਸੇ ਦਾ ਮਕਾਨ ਕੋਈ ਢਾਹ ਆਉਂਦਾ, ਬੰਦਾ ਮਕਾਨ ਢਾਹ ਦੇਵੇ ਤਾਂ ਮਕਾਨ ਢਹਿ ਗਿਆ, ਹੋਰ ਕਿਸੇ ਘਰ ਜਾ ਕੇ ਜਾਣੀ ਆਪਦਾ ਰਹਿਣ ਸਹਿਣ ਦਾ ਪ੍ਰਬੰਧ ਕਰ ਲੈਂਦਾ। ਇਸ ਤਰ੍ਹਾਂ ਹੀ ਬੰਦੇ ਦਾ ਸਰੀਰ ਆ, ਇਹ ਆਤਮਾ ਨਹੀਂ ਮਰਦੀ ਹੈਗੀ, ਆਤਮਾ ਹੀ ਜਿਉਂਦੀ ਰਹਿੰਦੀ ਹੈ। ਜੇ ਸਰੀਰ ਕੋਈ ਢਾਹ ਦਿੰਦਾ ਤਾਂ ਉਹ ਆਤਮਾ ਹੋਰ ਕਿਤੇ ਜਾ ਕੇ ਪ੍ਰਵੇਸ਼ ਕਰ ਲੈਂਦੀ ਹੈ। ਅਤੇ ਬਾਕੀ ਜੇ ਕਿਸੇ ਕੋਈ ਭਾਣਾ ਵਰਤਦੇ ਕਿਸੇ 'ਤੇ, ਬਾਹਲਾ ਬਰਾਗ ਨਹੀਂ ਕਰਨਾ ਚਾਹੀਦਾ, ਇਹ ਕੁਦਰਤ ਦੀ ਖੇਡ ਆ ਸਾਰੀ, ਪਰਮਾਤਮਾ ਜੋ ਕੁਛ ਕਰਾਉਂਦਾ ਉਹ ਸਭ ਕੁਛ ਆਪੇ ਆਪ ਕਰਾਉਂਦਾ। ਬਾਕੀ ਮਾਈਆਂ ਬੀਬੀਆਂ ਨੇ ਇਸ਼ਾਰਾ ਕਰਕੇ ਕਿਹਾ ਵੀ ਜੇ ਕਿਸ ਤਰ੍ਹਾਂ 'ਚ ਕਹਾਣੀ ਬਣ ਜਾਂਦੀ ਹੈ
ਉਹ ਵੀ ਜਾਂਦੇ ਤਾਂ ਅਗਲੇ ਦੁੱਖ ਦੇ ਮਾਰੀ ਆ ਵੀ ਮਾਈਆਂ ਬੀਬੀਆਂ ਨੂੰ ਇੱਕ ਟਾਈਮ ਬੰਨ੍ਹ ਲੈਣਾ ਚਾਹੀਦਾ ਜਾਂ ਇੱਕ ਤੋਂ ਲਾ ਕੇ ਦੋ ਜਾਂ ਤਿੰਨ ਜਾਂ ਚਾਰ ਥਾਈਂ ਉਸ ਟਾਈਮ 'ਚ ਸਾਰੇ ਆਪਦਾ ਆਪਦਾ ਦੁੱਖ ਸੁੱਖ ਕਰਨ ਜਾਣ ਵੀ ਐਂ ਨਹੀਂ ਵੀ ਜਦੋਂ ਕਿਤੇ ਕਿਤੇ ਟਾਈਮ ਲੱਗਿਆ ਉਦੋਂ ਘਰਦਿਆਂ ਨੇ ਆਰਾਮ ਵੀ ਕਰਨਾ ਹੁੰਦਾ ਕੋਈ ਵੀ ਇਹ ਘਰ ਵਾਲੇ ਇਕੱਲੇ ਹੁੰਦੇ ਆਉਣ ਵਾਲੀ ਦੁਨੀਆ ਬਾਹਲੀ ਹੁੰਦੀ ਆ ਅਤੇ ਇੱਕ ਕਿਉਂ ਬੀਬੀ ਤੁਹਾਨੂੰ ਮਨਜ਼ੂਰ ਆ ਉਹ ਵੀ ਤੋਂ ਕਿੰਨਾ ਟਾਈਮ ਮਨਜ਼ੂਰ ਆ ਤੁਸੀਂ ਸੋ ਕਹੋ ਵੀ ਅਸੀਂ ਇਸ ਟਾਈਮ 'ਤੇ ਅਸੀਂ ਬੰਨਾਂਗੇ ਉਦੋਂ ਜਾਇਆ ਕਰਾਂਗੇ ਅਸੀਂ ਸੋਚ ਕੇ ਦੱਸਾਂਗੇ ਵੀ ਟਾਈਮ ਜੇ ਇੱਕ ਤੋਂ ਲਾ ਕੇ ਦੋ ਜਾਂ ਤਿੰਨ ਜਾਂ ਚਾਰ ਥਾਈਂ ਭੋਗ ਪੈ ਗਿਆ ਤੇ ਮੈਂ ਤਾਂ ਗੁਰਦੁਆਰੇ ਖੜੇ ਮੈਂ ਇਕੱਠ ਬਹੁਤ ਜ਼ਿਆਦਾ ਸੀ ਇੱਥੋਂ ਮਸਾਂ ਲੰਘਿਆ ਜਾਂਦਾ ਸੀ ਦਰਵਾਜ਼ੇ ਥਾਈਂ ਮੈਂ ਆਪਦੇ ਘਰ ਨੂੰ ਚਲੀ ਗਈ ਉਦੋਂ ਬਾਅਦ ਫਿਰ ਕੁਛ ਚਿਰ ਬਾਅਦ ਪਤਾ ਲੱਗਿਆ ਜੋ ਪਿੰਡ 'ਚ ਸਾਰੇ ਰੌਲਾ ਪੈ ਗਿਆ ਵੀ ਭਾਈ ਸਾਹਿਬ ਫੜ ਕੇ ਲੈ ਗਏ ਮੈਂ ਵੀ ਮਗਰ ਚਲੀ ਗਈ ਸੰਗਤ ਨਾਲ ਹੀ ਮੈਂ ਚਲੀ ਸਾਰੀ ਉਮਰ ਇਹਨਾਂ ਦੇ ਨਾਲ ਰਹੇ ਤੇ ਜਿਨ੍ਹਾਂ ਨੇ ਹੁਣ ਵੀ ਘਰੇ ਸੇਵਾ ਕਰਦੇ ਨੇ ਉੱਥੇ ਸਬਜ਼ੀ ਲਾਉਂਦੇ ਹੁੰਦੇ ਸੀ ਅੱਜ ਵੀ ਇੰਨੇ ਸਾਲ ਹੋ ਗਏ ਦੋ ਤਿੰਨ ਦਹਾਕਿਆਂ ਬਾਅਦ ਅੱਜ ਵੀ ਉਹਨਾਂ ਦੇ ਨਾਲ ਹੀ ਨੇ ਪਰਿਵਾਰ ਦੇ ਉੱਥੇ ਫਸਲਵਾੜੀ ਬੀਜਦੇ ਨੇ ਯਾਨੀ ਸਬਜ਼ੀ ਲਾਉਂਦੇ ਨੇ ਖਾਸ ਤੌਰ ਦੇ ਉੱਤੇ ਉਹੀ ਥਾਂ ਕਹਿੰਦੇ ਉਦੋਂ ਹੁੰਦੀ ਸੀ ਉਹੀ ਥਾਂ ਹੋਣਾ ਵੀ ਜਿੰਨੇ ਉਦੋਂ ਵੀ ਲੋਕ ਬਹੁਤ ਆਉਂਦੇ ਸੀ ਘਰ ਹੁਣ ਵੀ ਆਉਂਦੇ ਨੇ ਬਾਪੂ ਜੀ ਤੁਸੀਂ ਉਦੋਂ ਇੱਥੇ ਸੀ ਜਾਂ ਪਹਿਲਾਂ ਤਾਂ ਘਰੇ ਸੀ ਜਦੋਂ ਫਿਰ ਕਥਾ ਕਰਨ ਆ ਗਏ ਫਿਰ ਅਸੀਂ ਉਦੋਂ ਹੀ ਆ ਜਾਂਦੇ ਹੁੰਦੇ ਕਿਉਂ ਗੁਰਦਾਸ ਹੁੰਦੇ ਸੀ ਇੱਥੋਂ ਆ ਕੇ ਫਿਰ ਅਸੀਂ ਤਾਂ ਅਨਪੜ੍ਹਾਂ ਦਾ ਪਤਾ ਨਹੀਂ ਕਿਹਾ ਕਾਹਦਾ ਪ੍ਰਚਾਰ ਕਰਦੇ ਸੁਣਦੇ ਸੀਗੇ ਕਿਹੜਾ ਹੁਣ ਯਾਦ ਆ ਅਤੇ ਫਿਰ ਉੱਥੋਂ ਜਦੋਂ ਲੈ ਗਏ ਅਤੇ ਇੱਥੇ ਘਰੇ ਲੈ ਗਏ ਘਰੇ ਲਿਜਾ ਕੇ ਘਰੋਂ ਫਿਰ ਉਹ ਜਾ ਕੇ ਉਹਨਾਂ ਨੇ ਟੱਟੀ ਪਿਸ਼ਾਬ ਜਾਣਾ ਸੀਗਾ ਜਾ ਕੇ ਆ ਕੇ ਅਤੇ ਗੱਡੀ 'ਚ ਬਹਿ ਗਏ ਇਹ ਸੰਗਤ ਜਿਵੇਂ ਦੱਸਦੀ ਉਹਨਾਂ ਨੇ ਪੁੱਛਿਆ ਵੀ ਕੀ ਗੱਲ ਉਹਨਾਂ ਨੇ ਕੁਛ ਨਹੀਂ ਦੱਸਿਆ ਫਿਰ ਇੱਥੋਂ ਬੀਬੀ ਜੀ ਬਰਸ਼ਾਦਾ ਲਿਜਾਉਂਦੇ ਸੀ ਕਈ ਵਾਰੀ ਮੈਂ ਨਾਲ ਵੀ ਗਿਆ ਅਤੇ ਉੱਥੇ ਜਾ ਬਰਸ਼ਾਦਾ ਬੀਬੀ ਜੀ ਫੜਾਉਣ ਲੱਗਦੀ ਸੀ ਅਤੇ ਕਹਿੰਦੇ ਚਪਾਈ ਕਹਿੰਦੇ ਸੀ ਲਿਓ ਫੜਾ ਅਸੀਂ ਗਾਂਹ ਬੀਬੀ ਜੀ ਫੜਾ ਦਿੰਦੇ ਹਾਂ ਗਾਂ ਕਿਹਨੇ ਫੜਾਉਣੀ ਸੀ ਫਿਰ ਗਾਂ ਬੀਬੀ ਜੀ ਫੜਾਉਂਦੇ ਨਹੀਂ ਸੀ ਨਾ ਉਹ ਕਿਸੇ ਦੀ ਖਾਂਦੇ ਸੀ ਅੱਧੇ ਹਾਂ ਖਾਂਦੇ ਵੀ ਨਹੀਂ ਸੀ ਅਤੇ ਫਿਰ ਬਸ ਬਰਸਾਤਾ ਜਾਣੀ ਅੱਠ ਦਿਨ ਰੱਖੇ ਉੱਥੇ ਭੁੱਖੇ ਹੀ ਰੱਖੇ ਆ ਹਾਂ ਅੱਠ ਦਿਨ ਭੁੱਖੇ ਵਾਂਗੂ ਹੀ ਰੱਖੇ ਆ ਕੀ ਕਹਿਣਾ ਕਿਸੇ ਕਹਿੰਦਾ ਖਾ ਮਿਲ ਗਈ ਹੋਵੇ ਬਰਸਾਤਾ ਮਿਲ ਗਿਆ ਹੋਵੇ ਅਤੇ ਹਾਂਜੀ ਹੋ ਆਪਾਂ ਇਹ ਦੇਖਿਆ ਫਿਰ ਅੱਠਵੇਂ ਪੰਜ ਸੱਤ ਦਿਨ ਪੁੱਛ ਦੱਸ ਕੇ ਫਿਰ ਉਹਨਾਂ ਨੇ ਕੀਤਾ ਹੈ ਤਾਂ ਅਸੀਂ ਆਓ ਆਪਾਂ ਬਾਹਰ ਨੂੰ ਵੀ ਚੱਲਦੇ ਹਾਂ ਆਪਾਂ ਗੱਲਬਾਤ ਵੀ ਕਰਦੇ ਨੇ ਆਜੋ ਹਾਂਜੀ ਆਜੋ 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 ਆਪਾਂ ਨਾਲ ਹੀ ਹੁੰਦੇ ਸੀ ਵੀ ਨਾਲ ਹੀ ਤਾਂ ਇੱਕ ਹਾਂਜੀ ਦੱਸੋ ਆਜੋ ਸਾਰੇ ਆਪਾਂ ਆਹ ਜਿਹੜਾ ਤਵਾੜੀ ਦੀ ਤੁਸੀਂ ਗੱਲ ਕਰਦੇ ਹੋ ਇਹ ਲੈ ਗਏ ਚੱਕ ਕੇ ਬਾਬਾ ਜੋਗਿੰਦਰ ਸਿੰਘ ਕੋਲ ਮੈਂ ਗਿਆ ਉਹ ਕਹਿਣ ਲੱਗੇ ਬਈ ਕੋਈ ਨਹੀਂ ਅਸੀਂ ਆਉਂਦੇ ਹਾਂ ਅਤੇ ਪਤਾ ਕਰੋ ਵੀ ਕਿੱਥੇ ਆ ਉਹ ਅਤੇ ਮੈਂ ਕਿਹਾ ਜੀ ਅਸੀਂ ਪਤਾ ਕੀਤਾ ਇੱਕ ਦੋ ਥਾਵਾਂ ਤੋਂ ਅਤੇ ਸਾਨੂੰ ਪਤਾ ਲੱਗਾ ਵੀ ਉਹ ਲੁਧਿਆਣੇ ਆ ਅਤੇ ਬਾਬਾ ਜੀ ਵੀ ਆ ਗਏ ਅਤੇ ਅਸੀਂ ਪੰਜ ਚਾਰ ਜਾਣੇ ਬੰਦੇ ਚਲੇ ਗਏ ਅਤੇ ਉੱਥੇ ਜਦੋਂ ਚਲੇ ਗਏ ਤਾਂ ਆਪਣਾ ਡੀ ਸੀ ਦੇ ਪੇਸ਼ ਹੋ ਗਏ ਬਾਬਾ ਜੋਗਿੰਦਰ ਸਿੰਘ ਉਦਣੀ ਹਾਂਜੀ ਉਹ ਦੂਜੇ ਦਿਨ ਦੂਜੇ ਦਿਨ ਡੀ ਸੀ ਦੇ ਜਦੋਂ ਹੋ ਗਏ ਪੇਸ਼ ਅਤੇ ਉਹ ਕਹਿਣ ਲੱਗੇ ਬਾਬਾ ਜੀ ਐਂ ਫਤਿਹ ਹਾਂਜੀ ਹੋਈ ਉਹ ਕਹਿਣ ਲੱਗੇ ਵੀ ਮੇਰੇ ਕੋਲ ਤਾਂ ਅਧਿਕਾਰ ਹੀ ਖੋਲ੍ਹੇ ਇਹ ਤਾਂ ਡੀ ਸੀ ਕਹਿੰਦਾ ਹਾਂ ਡੀ ਸੀ ਆ ਦਾ ਹਾਂ ਵੀ ਇਹ ਤਾਂ ਐਸ ਪੀ ਪੀ ਕੋਲ ਆ ਅਤੇ ਸੈਣੀ ਸੀ ਹਾਂ ਸੈਣੀ ਸੀ ਸੈਣੀ ਜੀ ਉਹ ਜਦੋਂ ਅਸੀਂ ਇੱਥੇ ਗਏ ਅਤੇ ਬਾਹਰੇ ਆਏ ਸੰਗਤ ਨੂੰ ਕਹਿਣ ਲੱਗੇ ਬਈ ਸਾਡਾ ਤਾਂ ਜੀ ਨਹੀਂ ਕਰਦਾ ਉਹਦੇ ਕੋਲ ਜਾਣ ਨੂੰ ਵੀ ਉਹ ਬੋਲੀ ਨਹੀਂ ਉਹਦੀ ਠੀਕ ਉਹ ਜਦੋਂ ਗੱਲ ਐਂ ਹੋਈ ਤਾਂ ਆ ਗਏ ਬਾਹਰ ਆਣ ਕੇ ਸੰਗਤ ਨੂੰ ਫਿਰ ਪੁੱਛਣ ਲੱਗੇ ਉਹ ਬੰਦੇ ਵੀ ਕਹਿਣ ਲੱਗੇ ਐਵੇਂ ਹੀ ਬਈ ਸਾਡਾ ਤਾਂ ਜੀ ਨਹੀਂ ਕਰਦਾ ਜਾਣ ਨੂੰ ਅਤੇ ਮੈਂ ਕਿਹਾ ਆਏ ਹਾਂ ਹੁਣ ਬਾਬਾ ਜੀ ਆਪਾਂ ਚੱਲੀਏ ਟੈਲੀਫੋਨ ਕਰਤਾ ਸੀ ਡੀ ਸੀ ਨੇ ਡੀ ਸੀ ਨੇ ਟੈਲੀਫੋਨ ਉਹਨੂੰ ਕਰਤਾ ਸੀ ਵੀ ਤੁਹਾਡਾ ਇਹੋ ਜਿਹੀ ਕੋਈ ਗੱਲ ਨਹੀਂ ਕਰਦਾ ਉਹ ਨਾਲ ਸੀ ਅਤੇ ਉਹ ਜਦੋਂ ਮੈਂ ਗਿਆ ਵਕੀਲ ਸੀਗਾ ਜੀ ਅਰਸੀ ਅਤੇ ਸਾਡੀ ਗੱਡੀ ਲੈ ਕੇ ਗਏ ਸੀ ਅਸੀਂ ਜਗਰਾਮਾ ਤੋਂ ਕਿਰਾਏ 'ਤੇ ਅਤੇ ਦੂਜੇ ਉੱਥੇ ਹੀ ਰਹਿ ਪਏ ਮੈਂ ਅਤੇ ਅਰਸੀ ਵਕੀਲ ਗੱਡੀ 'ਚ ਬਾਬਾ ਜੀ ਆਦੇ ਫਿਰ ਆ ਜਾਓ ਬਹਿ ਜਾਓ ਫਿਰ ਅਸੀਂ ਉੱਥੇ ਚਲੇ ਗਏ ਇਹਦੇ ਸ਼ਨੀ ਦੇ ਇਹਨੇ ਬਹੁਤ ਕੁਛ ਕੀਤਾ ਅਸੀਂ ਕਮਰੇ 'ਚ ਉਹ ਜਾਣ ਦੀ ਪਹਿਲਾਂ ਸਰਕਟਾਂ ਸਰੁਕਟਾਂ ਆੜ ਕੇ ਫਿਰ ਕੁਰਸੀ 'ਤੇ ਬੈਠਾ
ਬਦਬੋ ਮਾਰਿਆ ਸੀ, ਬੈਠਣਾ ਹੀ ਸੀ ਗੁਰੂ ਮਾਤ ਦੇ ਹੁਕਮ ਨਾਲ ਬੈਠ ਗਏ। ਕਹਿੰਦਾ ਆਓ ਜੀ ਦੱਸੋ, ਕਹਿੰਦੇ ਵੀ ਐਂ ਆਇਆ ਸੀ ਵੀ ਉਹ ਆ ਸਿੱਖ ਕੌਮ ਦੇ ਰਾਸ਼ਟਰਪਤੀ, ਤੁਸੀਂ ਚਲੇ ਜਾਓ ਤੁਹਾਨੂੰ ਵੀ ਜਲ ਪਾਣੀ ਛਕਾਉਣਗੇ, ਅਤੇ ਕੋਈ ਵੀ ਚਲੇ ਜਾਵੇ ਉਹਨਾਂ ਨੇ ਹਰੇਕ ਨੂੰ ਜਲ ਪਾਣੀ ਛਕਾਉਣਾ, ਤੁਸੀਂ ਚਲੇ ਜਾਓ ਤੁਹਾਨੂੰ ਵੀ ਰੋਟੀ ਟੁੱਕ ਜੋ ਕੁਛ ਮਰਜ਼ੀ। ਅਤੇ ਆਹਦਾ ਨਹੀਂ ਤੁਸੀਂ ਕਹਿ ਦਿਓ ਮੈਂ ਛੱਡ ਦਿੰਦੇ ਹਾਂ। ਉਹ ਆਹਦੇ ਅਸੀਂ ਆਉਂ ਨਹੀਂ, ਕਹਿੰਦੇ ਅੱਗ ਮੱਚਦੀ ਆ ਨਾ ਜੇ ਉਹਦੇ 'ਤੇ ਪਾਣੀ ਪਾਉਣ ਦਾ ਯਤਨ ਕਰੀਏ ਸ਼ਾਂਤ ਹੋ ਜਾਂਦੀ ਆ, ਜੇ ਸਰਵਾੜ ਪਸੜਦੀ ਹੈ ਉੱਤੇ ਫਿਰ ਲਾਂਬੜ ਨਿਕਲ ਜਾਂਦੇ ਆ। ਬਸ ਦੋ ਵਾਰ ਐਂ ਕਿਹਾ ਅਤੇ ਉਵੇਂ ਹੀ ਕਹੀ ਜਾਵੇ ਉਹ। ਖੀਰ ਨੂੰ ਅਸੀਂ ਉੱਠ ਕੇ ਤੁਰ ਪਏ। ਅਸੀਂ ਜਦੋਂ ਉੱਥੇ ਆਏ ਵੀ ਪਾਰਕ 'ਚ ਹੋਵਾਂਗੇ, ਉਹ ਜਿਹੜੇ ਬੰਦੇ ਸੀ ਚਾਰ ਪੰਜ, ਇੱਕ ਬਜ਼ੁਰਗ ਰਹਿੰਦਾ ਹੁੰਦਾ ਸੀ ਕੋਲ, ਨਾਰ ਸਿੰਘ ਸੀ ਉਹਦਾ ਨਾਂ, ਅਤੇ ਉਹਨੂੰ ਪੱਗ ਪੁੱਗ ਲਾ ਸੀ, ਉਹਦੇ ਲੱਤਾਂ ਲੁੱਤਾਂ ਮਾਰੀਆਂ, ਉਹਨੇ ਖਹਿਰੇ ਨੇ ਡੀ ਐੱਸ ਪੀ ਖਹਿਰਾ ਸੀ ਕੋਈ ਮੋਟੜੂ ਜਿਹਾ ਲੁਧਿਆਣੇ, ਉਹ ਗੱਡੀਆਂ ਜਿਹੀਆਂ ਨੰਗੀਆਂ, ਉਹਦੇ ਕੌਣ ਆ ਆ ਰਿਹਾ ਡੱਲੇ ਵਾਲਾ ਤਲੋਕ, ਉਹ ਸਿੱਟੇ ਗੱਡੀਆਂ 'ਚ ਅਤੇ ਥਾਣੇ ਲੈ ਗਏ। ਉਹ ਸਾਰਿਆਂ ਦੀ ਬੇਇੱਜ਼ਤੀ ਕੀਤੀ ਚੌਹਾਂ ਪੰਜਾਂ ਦੀ। ਵੀ ਨਾਲ ਸੀ? ਨਹੀਂ, ਮੈਂ ਤਾਂ ਅਰਸੀ ਤਾਂ ਵਕੀਲ ਅਸੀਂ ਮਗਰੋਂ ਆਏ, ਉੱਥੇ ਕੋਈ ਮਨਾ, ਅਸੀਂ ਉਹ ਪਾਰਕ 'ਚ ਗਏ ਉੱਥੇ ਮਨਾ, ਅਸੀਂ ਆਰ ਕੇ ਅਰਸੀ ਨੂੰ ਕਿਹਾ ਵੀ ਚੱਲ ਤੇਜਵੰਤ ਦੇ ਘਰ ਚਲੇ ਗਏ ਬਾਬਾ ਜੀ, ਉਹ ਤੇਜਵੰਤ ਨਾਲ ਸੀਗਾ। ਉਹ ਜਦੋਂ ਚਲੇ ਗਏ ਤਾਂ ਉਹਦੇ ਅਰਸੀ ਦਾ ਵੀ ਆਏ ਗੱਲ, ਉਹਦੇ ਨਹੀਂ ਕਿਸ ਚੱਕਿਆ ਉਦੋਂ ਦੀ ਗੱਲ ਹੈ ਬਾਬਾ ਜੀ। ਹਾਂ ਬਾਬਾ ਜੀ ਆਦੇ ਮੈਂ ਚਲਿਆ ਗਿਆ, ਚੱਕੇ ਗਏ ਆਪਣੇ ਅਤੇ ਉਹ ਤਾਂ ਦੇ ਮੈਨੂੰ ਤਾਰ ਕੇ ਚਲੇ ਗਏ, ਅਤੇ ਹੁਣ ਤਾਂ ਵੀ ਫਿਰ ਸਵੇਰੇ ਪਤਾ ਕਰਾਂਗੇ। ਚੱਲ ਅਸੀਂ ਵੀ ਉਹ ਗੱਡੀ ਵਾਲਾ ਦਾ ਮੈਂ ਜਾਣਾ, ਕਿਰਾਏ ਦਾ ਕੰਮ ਸੀ, ਅਸੀਂ ਉੱਥੋਂ ਆ ਗਏ। ਵੱਡੀ ਰਾਤ ਹੋ ਗਈ ਖਾਓ ਪੀਆ, ਅਤੇ ਜਗਰਾਵਾਂ ਤੋਂ ਉਹ ਕਹੇ ਪ੍ਰਧਾਨ ਬਈ ਤੂੰ ਰਹਿ ਇੱਥੇ ਪੈ ਜਾ। ਮੈਂ ਕਿਹਾ ਨਹੀਂ ਮੈਂ ਜਾਣਾ ਪਿੰਡ। ਮੈਂ ਸਾਈਕਲ ਲਿਆ ਉੱਥੋਂ ਉਹਦੇ ਘਰੋਂ, ਅਤੇ ਆਣ ਕੇ ਬੀਬੀ ਉਹਨਾਂ ਨੂੰ ਦੱਸਿਆ ਵੀ ਆਹ ਗੱਲ ਐਂ ਹੋ ਗਈ। ਚੱਲ ਉਹ 10-11 ਵਜੇ ਛੱਡਤੇ ਉੱਥੋਂ, ਉਹ ਝਾਂਡੀ ਆਣ ਕੇ ਰਹੇ ਧੰਨਾ ਸਿੰਘ ਕੋਲ, ਜਥੇਦਾਰ ਕੋਲ, ਉੱਥੇ ਪੈ ਗਏ ਉਵੇਂ ਹੀ। ਸਵੇਰੇ ਉਹਨੇ ਰੋਟੀ ਟੁੱਕ ਤਿਆਰ ਕਰਕੇ ਚਾਹ ਪਾਣੀ ਪੀ ਕੇ ਬੇ ਇਹਨੂੰ ਉੱਥੋਂ ਛੱਡੇ। ਉਹ ਇਹੋ ਜਿਹਾ ਦਹਿਸ ਪਿਆ ਹੋਇਆ ਸੀ, ਉਹ ਪਹਿਲਾਂ ਵੀ ਕਹਿਣ ਆਪਾਂ ਨੂੰ ਤਾਂ ਜਿੱਥੇ ਜਾਂਦੇ ਹਾਂ ਗਾਲਾਂ ਹੀ ਆ। ਉਹ ਮੈਂ ਗਿਆ ਪਹਿਲਾਂ ਤੋਂ ਆਈਆਂ ਤੁਰੀਆਂ, ਆਪਾਂ ਚਲੋ ਚੱਲੀਏ, ਚਲੇ ਗਏ। ਚਲ ਉਹ ਜਦੋਂ ਗਏ ਤਾਂ ਫਿਰ ਉਹ ਡੱਲੇ ਨੂੰ ਗਏ, ਕੌਂਕਿਆਂ ਨੂੰ ਨਾ ਆਏ। ਸਾਡੇ ਰਾਹ 'ਚ ਕੱਸੀ ਜੀ ਆਉਂਦੀ ਹੈ ਇੱਕ ਖਾੜੇ ਵਾਲਾ ਰਾਹ, ਉੱਥੇ ਉੱਤਰ ਕੇ ਉਹ ਦੋ ਜਣੇ ਕਡਾਂਗੀਆਂ ਵਾਲਾ ਸਰਪੰਚ ਅਤੇ ਇੱਕ ਬਜ਼ੁਰਗ ਬਾਬਾ ਨਾਰ ਸਿਓ, ਇਹ ਆਣ ਕੇ ਆੜੇ ਆਹਦਾ ਬੰਦ ਸਿੰਘ ਨੂੰ ਕਿਹੋ ਤੁਸੀਂ ਵੀ ਹੁਣ ਮੇਰਾ ਨਾਂ ਲੈ ਕੇ ਕਹੇ ਵੀ ਮੈਂ ਹੀ ਲਿਆ ਸੀ। ਉਹਨੂੰ ਕੁੱਟਣ ਜਦੋਂ ਨਾਰ ਸਿਓ ਲੱਗ ਗਏ, ਉਹ ਕਹਿੰਦਾ ਮੈਂ ਲੈ ਕੇ ਆਇਆ ਸੀ ਬਾਬਾ ਜੋਗਿੰਦਰ ਸਿਓ ਨੂੰ, ਉਹ ਹੀ ਨਹੀਂ ਸੀ। ਅਤੇ ਉਹ ਚੱਲ ਜਦੋਂ ਹੋਇਆ ਗੱਲਾਂ 'ਤੇ ਵੀ ਕਰਦੇ ਹਾਂ ਗੱਲ, ਫਿਰ ਮੈਂ ਇਹਨਾਂ ਨਾਲ ਵੀ ਗੱਲ ਕਰ ਲਾਂ। ਤੁਸੀਂ ਵੀ ਉਦੋਂ ਇੱਥੇ ਸੀਗੇ ਜੀ? ਤੁਸੀਂ ਵੈਸੇ ਦੇਖਿਆ ਪਿੰਡ 'ਚ ਸੀਗੇ, ਤੁਸੀਂ ਦੇਖ ਕੇ ਗਵਾਹ ਹੈਗੇ ਗੱਲਾਂ ਦੇ, ਆ ਜਾਓ ਬਾਹਰ ਨੂੰ ਆਜੋ ਸਾਰੇ। ਅਸੀਂ ਗੱਡੀ ਦੇ ਉੱਤੇ ਦਵਾਨ ਲਾਉਣ ਜਾਂਦੇ ਸੀ, ਮੇਰੇ ਕੋਲ ਟਰੱਕ ਹੁੰਦਾ, ਦਵਾਨ ਲਾਉਣੇ ਤੁਸੀਂ ਨਾਲ ਹੁੰਦੇ ਜੀ? ਮੈਂ ਨਾਲ ਲੈਂਦਾ ਸੀ ਉੱਥੇ ਜਾ ਕੇ ਕਰਦੇ ਸੀ ਭੜਕਾਊ ਗੱਲਾਂ ਵੀ ਕਿਸੇ ਕਰਕੇ ਜਿਹੜੀ ਜਾਂ ਉਹ ਕੇਸ ਝੂਠੇ ਜਿਹੜੇ ਪਾਏ ਉਹਨਾਂ ਦੇ, ਗੁਰੂ ਵਾਲੇ ਬਣੋ ਬਾਣੀ ਪੜ੍ਹੋ ਆ, ਇਹ ਉਹਨਾਂ ਦੀ ਅੰਮ੍ਰਿਤ ਛਕਾਉਂਦੇ ਸੀ? ਹਾਂਜੀ ਅੰਮ੍ਰਿਤ ਛਕਾਉਂਦੇ ਸੀਗੇ, ਜੋ ਜਦੋਂ ਦਵਾਨ 7-8 ਦਿਨ ਲੱਗਦਾ ਸੀ ਉਦੋਂ ਮਗਰੋਂ। ਉਹ ਫਿਰ ਬਾਬਾ ਜੀ ਉਹਨਾਂ ਨੂੰ ਇਹ ਪਾਉਂਦਾ ਨਹੀਂ ਗਾ, ਅੱਜ ਕੱਲ੍ਹ ਦੀਆਂ ਸਰਕਾਰਾਂ ਦੇਖ ਲਓ ਤੁਸੀਂ, ਜਿਹੜਾ ਕੋਈ ਧਾਰਮਿਕ ਕੰਨੀ ਨੂੰ ਚੱਲਦਾ ਵਾ ਉਸ ਪਥੇ ਨੂੰ, ਨਸ਼ਿਆਂ ਦਾ ਦਰਿਆ ਬਹਾਤਾ ਉਦੋਂ ਮਗਰੋਂ ਵੀ ਨੌਜਵਾਨੀ ਨੂੰ ਇਹਨੂੰ ਮਾਰੋ, ਇਹਨਾਂ ਨੂੰ ਨਾ ਇਹ ਕਿਸੇ ਪਾਸੇ ਦੇਖਣ ਨਾ ਨਾਮ ਜਪਣ, ਅਤੇ ਬਸ ਉਹਦਾ ਬਾਜੀ ਜਿਹੜਾ ਮਨੁੱਖੀ ਅਧਿਕਾਰਾਂ ਦਾ। ਸਰਕਾਰ ਤਾਂ ਉਦੋਂ ਬਾਅਦ ਜਿਵੇਂ ਪੰਥਕ ਸਰਕਾਰ ਵੀ ਆਈ, ਇੱਕ ਅਕਾਲੀ ਦਲ ਬਾਦਲ ਦੀ ਸਰਕਾਰ ਵੀ ਆਈ ਬਾਜੀ, ਸਰਕਾਰਾਂ ਤਾਂ ਹੁਣ ਵਿੱਚ ਉਹਨਾਂ ਨੇ ਉਹ ਰਾਜ ਕਰਨਾ ਹੁੰਦਾ, ਉਹਨਾਂ ਨੇ ਉਹ ਉਹਨਾਂ ਦਾ ਅਧਿਕਾਰ ਆ, ਉਹ ਦੂਜੇ ਪਾਸ ਨੂੰ ਤਾਂ ਚੱਕਣ ਹੀ ਨਹੀਂ ਦਿੰਦੇ ਬੰਦਿਆਂ ਨੂੰ, ਕਹਿੰਦੇ ਜੀ ਨਹੀਂ ਇਹ ਮਨਜ਼ੂਰੀ ਨਹੀਂ ਉਹਨਾਂ ਨੂੰ। ਤੁਹਾਨੂੰ ਇਸ ਗੱਲ ਦਾ ਰੰਜ ਹੈ ਜਿਵੇਂ ਅਕਾਲ ਤਖਤ ਸਾਹਿਬ ਵੀ ਇਸ ਇਸ਼ੂ ਨੂੰ ਉਠਾ ਸਕਦਾ ਸੀ, SGPC ਵੀ ਉਠਾ ਸਕਦੀ ਸੀ, ਅੱਜ ਹੁਣ ਰਿਪੋਰਟ ਆਈ ਆ, ਹੁਣ ਗੱਲਾਂ ਹੋ ਰਹੀਆਂ ਨੇ ਵੀ ਪਹਿਲਾਂ ਉਠਾਉਂਦੇ? ਬਿਲਕੁਲ ਜੀ ਬਿਲਕੁਲ, ਸਾਰੀਆਂ ਸਰਕਾਰਾਂ ਦੇ ਉੱਤੇ ਸਾਡਾ ਇਸ ਚੀਜ਼ ਦਾ ਰੋਸ ਆ, ਜਦੋਂ ਕੋਈ ਤਲਵਾਰੀ ਦੀ ਰਿਪੋਰਟ ਹੀ ਦੱਬਤੀ ਉਹਨਾਂ ਨੇ, ਨਸ਼ਰ ਹੀ ਨਹੀਂ ਹੋਣ ਦਿੱਤੀ ਇਹਨਾਂ ਨੂੰ। ਇਹ ਖੁਦਾ DGP ਸੀ, ਇਹ ਸਮੇਤ ਸੈਣੀ ਸੀ, ਖੁਦੇ ਇਹਨਾਂ ਦੇ ਵਿੱਚ 10 ਸਾਲ ਰਹੇ ਆ ਇਹਨਾਂ ਨੇ, ਜਿਹਨਾਂ ਨੇ ਕਾਂਡ ਕੀਤਾ ਉਹਨਾਂ ਨੂੰ ਹੀ ਉਹ ਕਿਤੋਂ ਜਾਂਚ ਕਰਦੇ, ਨਹੀਂ ਜਾਂਚ ਉਹਨਾਂ ਨੇ ਹੋਣ ਦਿੱਤੀ, ਬਸ ਉਹ ਦੱਬੀ ਰੱਖੀ ਰਿਪੋਰਟ। ਹੁਣ ਅਸੀਂ ਇਹੀ ਚਾਹੁੰਦੇ ਹਾਂ ਸਾਰਾ ਬਸ ਨਿਆਂ ਹੋ ਜੂ, ਸ਼ਾਂਤੀ ਵੀ ਇਹਦੇ ਨਾਮ ਕਾਇਮ ਹੋ ਜੂ, ਭਾਈ ਸਾਹਿਬ ਉਹਨਾਂ ਦਾ ਜਿਹੜਾ ਕਤਲ ਉਹ ਸਾਹਮਣੇ ਪਤਾ ਲੱਗੇ ਵੀ ਕਿਹਨੇ ਕਿੱਥੇ ਕੀ ਕੀਤਾ, ਪਤਾ ਲੱਗਣਾ ਚਾਹੀਦਾ ਬਿਲਕੁਲ ਕਿਹਨੇ ਕਰਵਾਇਆ ਕਿਹਨੇ ਕੀਤਾ ਵਾ।
ਕੁਛ ਤਾਂ ਬੰਦੇ ਮਰ ਹੀ ਗਏ ਵਿੱਚੋਂ ਕਿੰਨੇ ਬੰਦੇ, ਕੋਈ ਵਿਟਨੈਸ ਵਾਲਿਆ ਕੋਈ ਹੋਊਗਾ ਤਾਂ ਹੋਰ ਵੀ ਗੱਲਾਂ ਬਾਤਾਂ ਕਰਦਾ। ਆ ਜਾਓ ਸਾਰੇ ਬਾਹਰ ਆ ਜਾਓ, ਅਸੀਂ ਗੱਲਬਾਤ ਕਰ ਰਹੇ ਹਾਂ। ਇਹ ਗੁਰਦੁਆਰਾ ਸਾਹਿਬ ਆ ਤੁਸੀਂ ਦੇਖ ਰਹੇ ਹੋ, ਇਹ ਗੁਰਦੁਆਰਾ ਸਾਹਿਬ ਆ ਜਿੱਥੇ ਭਾਈ ਸਾਹਿਬ ਲਾਸਟ ਟਾਈਮ ਜਿਹੜੇ ਭਾਈ ਕੌਂਕੇ ਨੇ ਜਥੇਦਾਰ, ਉਹ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸੀ ਉਦੋਂ, ਜਿਹੜੇ ਇਸ ਇੱਥੇ ਮੌਕੇ 'ਤੇ ਜਿਹੜਾ ਕੀਰਤਨ ਕਰ ਰਹੇ ਸੀ, ਕਥਾ ਕਰ ਰਹੇ ਸੀ। ਗੱਲਬਾਤ ਅਸੀਂ ਕਰ ਦਿਆਂਗੇ। ਇਹ ਵੀ ਨਾਲ ਇਸ ਤੁਸੀਂ ਵੀ ਇੱਥੇ ਪਿੰਡ ਸੀਗੇ ਜੀ ਉਦੋਂ? ਤੁਸੀਂ ਸੀ? ਹਾਂ। ਤੁਸੀਂ ਕੀ ਕੀ ਦੇਖਿਆ ਜੀ? ਅਸੀਂ ਕਥਿਆ ਕਰਦੇ ਸੀ ਜਦੋਂ ਆਉਂਦੇ ਹੁੰਦੇ, ਰੋਜ਼ ਹੀ ਆਉਂਦੇ ਸੀਗੇ। ਅੱਛਾ, ਇੱਥੇ ਸੀ ਕਥਾ ਵੇਲੇ ਤੁਸੀਂ? ਹਾਂ, ਕਥਿਆ ਵਾਲੇ ਸੀਗੇ। ਅੱਛਾ। ਅਤੇ ਜਦੋਂ ਇਹ 6:30 ਵਜੇ ਕਿਸੇ ਸਮਾਪਤੀ ਹੁੰਦੀ ਆ, ਅਤੇ ਉਦੋਂ ਕੁਛ ਟਾਈਮ ਪਹਿਲਾਂ ਉਹ ਪੁਲਿਸ ਆ ਖੜੀ ਸੀ ਇੱਥੇ। ਬੰਦੇ ਕੁਛ ਆ ਕੇ ਕਹਿੰਦੇ ਪੁਲਿਸ ਆਈ ਆ, ਪੁਲਿਸ ਆਈ ਆ। ਉਹ ਕਹਿੰਦਾ ਕੋਈ ਗੱਲ ਨਹੀਂ, ਪੁਲਿਸ ਆਈ ਤਾਂ ਕੀ ਆ, ਅੱਗੇ ਵੀ ਆਉਂਦੀ ਆ ਪੁਲਿਸ, ਕਹਿੰਦਾ ਤਾਂ ਕੀ ਹੋਜੂਗਾ। ਅਤੇ ਕਥਿਆ ਸਾਹਿਬਜ਼ਾਦਿਆਂ ਦੀ ਚੱਲਦੀ ਸੀਗੀ, ਅਤੇ ਫਿਰ ਕਹਿੰਦੇ ਵੀ ਲੈ ਕੇ ਜਾਣਾ ਜੀ ਬਾਹਰ ਨਿਕਲ ਜਦੋਂ, ਕਹਿੰਦੇ ਵੀ ਹੁਣ ਲੈ ਕੇ ਜਾਣਾ। ਉਹ ਕਹਿੰਦੇ ਜੀ ਲੈ ਕੇ ਤਾਂ ਜਾਣਾ ਤੁਸੀਂ, ਅਸੀਂ ਹਜੇ ਆ ਜਾਵਾਂਗੇ। ਦੱਸੋ ਕਿਹੜੇ ਸਾਹਿਬ ਨੇ ਬੁਲਾਇਆ ਤੁਹਾਨੂੰ, ਕਿਹਾ ਵਾ? ਉਹ ਕਹਿੰਦੇ ਜੀ ਨਹੀਂ ਦੱਸਣਾ, ਹੀ ਲੈ ਕੇ ਜਾਣਾ ਸਾਨੂੰ। ਫਿਰ ਇਹ ਕਹਿੰਦਾ ਵੀ ਮੈਂ ਜਰ ਪਾਣੀ ਵੀ ਛਕਣਾ, ਮਲਾਨ ਵੀ ਜਾਣਾ, ਅਤੇ ਮੈਂ ਘਰੇ ਹੋ ਕੇ ਜਾਵਾਂਗੇ। ਤੁਸੀਂ ਵੀ ਸੀਗੇ ਮੌਕੇ 'ਤੇ? ਹਾਂਜੀ ਹਾਂ, ਅਸੀਂ ਵੀ ਸੀਗੇ ਜੀ ਉਦੋਂ। ਮੈਂ ਫੌਜ 'ਚ ਰਿਟਾਇਰ ਹਾਂ, ਉਸੇ ਟਾਈਮ 'ਤੇ ਰਿਟਾਇਰ ਹੋਇਆ। ਉਸ ਟਾਈਮ ਕਥਾ ਸੁਣਨ ਮੈਂ ਵੀ ਆਉਂਦਾ, ਰਿਟਾਇਰ ਹੋ ਕੇ ਉਸ ਟਾਈਮ ਜਦੋਂ ਲੈ ਕੇ ਗਏ ਇੱਥੇ, ਸਾਰਿਆਂ ਸੰਗਤ ਦੇ ਸਾਹਮਣੇ ਲੈ ਕੇ ਗਏ ਆ, ਫਤਿਹ ਬੁਲਾਈ ਆ ਸਾਰਿਆਂ ਨੂੰ ਇੱਥੇ, ਇੱਥੇ ਬੁਲਾਈ ਘਰੇ ਜਾ ਕੇ ਬੁਲਾਈ ਫਤਿਹ। ਫਿਰ ਉੱਥੇ ਵੀ ਜਾ ਕੇ ਖੜ੍ਹੇ ਰਹੇ ਛੋਟੇ ਕੌਂਕਣੇ ਰਾਹ 'ਤੇ, ਸਾਰੇ ਸੰਗਤ ਉੱਥੇ ਨਾਲ ਸੀ, ਸਾਰੇ ਸੰਗਤ ਸੀਗੇ। ਹਾਂਜੀ, ਇਹ ਗੁਰਦੁਆਰਾ ਸਾਹਿਬ ਆ, ਤੁਸੀਂ ਦੇਖ ਸਕਦੇ ਹੋਗੇ। ਆਉਂਗੇ ਜੀ ਤੁਸੀਂ? ਇਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ, ਤੁਹਾਨੂੰ ਦਿਖਾਉਂਦੇ ਹਾਂ ਪੂਰਾ ਗੁਰਦੁਆਰਾ ਸਾਹਿਬ ਦਾ ਫਰੰਟ। ਅੱਛਾ, ਸਾਰੇ ਹੀ ਕਹਿੰਦੇ ਲੀਡਰ ਤਕਰੀਬਨ ਪ੍ਰਕਾਸ਼ ਸਿੰਘ ਬਾਦਲ ਵੀ ਆਏ, ਮਾਨ ਸਾਹਿਬ ਵੀ ਆਏ, ਸਾਰੇ ਜਿੱਦਣ ਜਥੇਦਾਰ ਸਾਹਿਬ ਨੂੰ ਚੁੱਕਿਆ ਗਿਆ, ਤਕਰੀਬਨ ਸਾਰੇ ਲੀਡਰ ਜੀ ਪਿੰਡ 'ਚ ਆਏ ਸੀ। ਕਿਸੇ ਦੀ ਕੋਈ ਸੁਣ ਨਹੀਂ ਰਹੀ ਸੀ, ਕਿਸੇ ਨੂੰ ਆਉਣ ਨਹੀਂ ਦੇ ਰਹੀ ਸੀ? ਨਹੀਂ ਜੀ, ਉਸ ਦਿਨ ਨਹੀਂ ਆਇਆ ਕੋਈ। ਕਹਿੰਦੇ ਆ ਦੂਜੇ ਤੀਜੇ ਦਿਨ, ਕਹਿੰਦੇ ਪਤਾ ਨਹੀਂ, ਮੈਨੂੰ ਦੱਸਦੇ ਸੀ ਇਹ ਰਾਹ 'ਚ ਇੱਥੇ ਨਾਨਕ ਸਰ ਘਿਰੇ ਗਏ, ਅਤੇ ਪਰ ਇਕੱਲੇ ਮਾਨ ਸਾਹਿਬ ਪਹਿਲਾਂ ਆ ਗਏ ਸੀ ਇੱਥੇ। ਉਹ ਤਾਂ ਲੀਡਰਾਂ ਨੂੰ ਬਾਅਦ ਜਦੋਂ ਸ਼ਹੀਦ ਕਰਤੇ ਉਦੋਂ ਆਏ ਸੀ ਮਾਨ ਸਾਹਿਬ ਜੀ, ਪਹਿਲਾਂ ਨਹੀਂ ਕੋਈ ਆਇਆ। ਪਹਿਲਾਂ ਕਿਸੇ ਨੇ ਸਾਡੀ ਬਾਤ ਨਹੀਂ ਪੁੱਛੀ ਇੱਥੇ, ਕੋਈ ਨਹੀਂ ਆਇਆ ਨਾ ਪ੍ਰਕਾਸ਼। ਅਸੀਂ ਸਾਰੇ ਜਾਂਦੇ ਰਹੇ, ਪਰਿਵਾਰ ਜਾਂਦਾ ਰਿਹਾ, ਅਸੀਂ ਜਾਂਦੇ ਰਹੇ ਨਾਲ, ਪਰ ਕਿਸੇ ਲੀਡਰ ਨੇ ਸਾਡੀ ਬਾਤ ਨਹੀਂ ਪੁੱਛੀ। ਕਿਹਦੇ ਕੋਲ ਗਏ? ਪ੍ਰਕਾਸ਼ ਸਿੰਘ ਬਾਦਲ ਕੋਲ ਗਏ ਸੀ? ਕਿਸੇ ਕੋਲ ਗਏ ਨਹੀਂ, ਕਿਸੇ ਕੋਲ ਨਹੀਂ ਗਏ ਸੀ। ਹਾਂ, ਪ੍ਰਸ਼ਾਸਨ ਕੋਲ ਇੱਥੇ ਜਾਂਦੇ ਰਹੇ ਹਾਂ। ਅਤੇ ਇੱਕ ਅਸੀਂ ਇਹ ਸੀਗੇ ਆਪਣੇ ਗਰਿਆ ਸਾਹਿਬ, ਕੀ ਉਹਨਾਂ ਦਾ ਨਾਂ, ਸ਼ੈਲਰ, ਉਹ ਇਹਨਾਂ ਦੀ ਮਦਦ ਕਰਦੇ ਹੁੰਦੇ ਸੀ। ਪਰ ਉਦਣ ਅਸੀਂ ਉਹਨਾਂ ਨੂੰ ਬੇਨਤੀ ਕੀਤੀ, ਉਹ ਕਹਿੰਦੇ ਵੀ ਮੇਰੇ ਹੱਥ ਖੜ੍ਹੇ ਆ ਹੁਣ, ਵੀ ਜਿਸ ਦਿਨ ਇਹ ਜੇਲ੍ਹ 'ਚੋਂ ਆਏ ਆ ਉਦਣ ਇਹਨੇ ਸਰਬਾਨੰਦ ਸਿੰਘ ਨੇ ਕਿਹਾ ਸੀ ਵੀ ਮੈਨੂੰ ਛੱਡ ਇੱਥੇ ਛੱਡ ਬੁਲਾਉਣਾ। ਮੈਂ ਇਹ ਕਹਿੰਦਾ ਮੈਂ ਉਹਨੂੰ ਬੇਨਤੀ ਕੀਤੀ ਮੈਨੂੰ ਘਰੇ ਤਾਂ ਜਾ ਆਉਣ ਦੇ, ਇਹ ਕਿਹੜਾ ਭੱਜਦੇ ਆ ਵੀ ਫਿਰ ਤੁਸੀਂ ਬੁਲਾ ਸਕਦੇ ਹੋ, ਘਰੇ ਜਾਣ ਦੇ, ਪਰਿਵਾਰ ਨੂੰ ਮਿਲਣ ਦੇ। ਇੱਕ ਢਿੱਲੇ ਸੀ ਉਦੋਂ ਜੀ, ਉਹ ਜੇਲ੍ਹ 'ਚੋਂ ਢਿੱਲੇ ਵੀ ਸੀਗੇ, ਅਤੇ ਉਹਨਾਂ ਨੇ ਫਿਰ ਬਈ ਦਵਾਈ ਬੂਟੀ ਵੀ ਕਰ ਲੈਣਗੇ, ਤੁਸੀਂ ਫੇਰ ਬੁਲਾ ਲਓ। ਕਹਿੰਦਾ ਨਹੀਂ, ਪਰ ਹੁਣ ਮੇਰੀ ਸੁਣਦੇ ਨਹੀਂ ਉਹ ਹੁਣ ਤਾਂ। ਵੈਸੇ ਕਹਿੰਦਾ ਉਹਨਾਂ ਨੇ ਇਉਂ ਕਹਿਤਾ ਵੀ ਤੁਸੀਂ ਦੱਸੋ ਇਹਨਾਂ ਦੇ ਮਗਰ ਕੌਣ ਆਉਂਦਾ, ਇਹਨਾਂ ਦੀ ਮਦਦ ਕੌਣ ਕਰਦਾ, ਪਿੱਛਾ ਕੌਣ ਕਰਦਾ, ਇਸ ਤਰ੍ਹਾਂ ਕਹਿਤਾ। ਫਿਰ ਜਿੱਦੇ ਉਹ ਸ਼ਹੀਦ ਕਰਤੇ ਉਦਣ ਫਿਰ ਮਾਨ ਸਾਹਿਬ ਵੀ ਆ ਗਏ ਸੀ, ਇਹ ਦੂਜੇ ਟੋੜਾ ਸਾਹਿਬ ਵੀ ਉਹ ਘੇਰ ਲਏ ਇੱਥੇ ਸੂਏ 'ਤੇ, ਇਹ ਪਤਾ ਨਹੀਂ ਕਿਸ ਤਰ੍ਹਾਂ ਅੱਗੋਂ ਨਿਕਲਿਆ ਸੀ। ਅਤੇ ਇਹ ਫਿਰ ਕਹਿੰਦੇ, ਇੱਕ ਮੈਂ ਤੁਹਾਨੂੰ ਕੱਲ੍ਹ ਵੀ ਪੁੱਛ ਰਿਹਾ ਸੀਗਾ ਜੋ ਸਰਕਾਰ ਅਕਾਲੀ ਦਲ ਦੀ ਸੀ, ਹੈ ਨਾ, ਔਰ ਇਹ ਵੀ 'ਚ ਕੋਈ ਦੋ ਰਹੇ ਨਹੀਂ ਕਿ ਇਨਕੁਆਇਰੀ ਤਾਂ ਮਾਰਕ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ, ਹੈ ਨਾ, ਇਹ ਤਾਂ ਹੈਗੀ ਆ ਵੀ ਜੇ ਉਹਨਾਂ ਦੇ ਇਨਕੁਆਇਰੀ ਮਾਰਕ ਪ੍ਰਕਾਸ਼ ਸਿੰਘ ਬਾਦਲ ਕਰਦੇ ਆ, ਇਨਕੁਆਇਰੀ ਸਿਰੇ ਨਹੀਂ ਲੱਗਦੀ, ਇਹਦਾ ਤੁਸੀਂ ਕੀ ਕਾਰਨ ਮੰਨਦੇ ਹੋ ਵੀ ਰਿਪੋਰਟ ਵੀ ਆ ਗਈ? ਫਿਰ ਹੁਣ ਬੈਂਸ ਸਾਹਿਬ ਕਹਿ ਰਹੇ ਨੇ, ਤੁਸੀਂ ਦੇਖੇ ਹੋ ਜਿਹੜੇ ਵਕੀਲ ਨੇ, ਕਿ ਰਿਪੋਰਟ ਦੱਬੀ ਰੱਖੀ ਸਰਕਾਰ, ਸਰਕਾਰ ਨੇ ਦੱਬੀ ਹੋ ਜੀ, ਫਿਰ ਇੱਕ ਤਾਂ ਐਵੇਂ ਤਾਂ ਹੋਰ ਦੱਬੀ ਹੋ ਤਾਂ ਹੀ ਨਹੀਂ ਆਈ ਇਹਦੇ ਹੁਣ ਬਾਰੇ ਸਾਨੂੰ ਇੰਨਾ। ਬਾਅਦ 'ਚੋਂ ਤੁਸੀਂ ਕਦੇ ਗਏ ਹੋ ਫਿਰ, ਮਤਲਬ ਕਿਸੇ ਜਦੋਂ ਸਰਕਾਰ ਸੀ ਅਕਾਲੀ ਦਲ ਦੀ ਜਾਂ ਕੈਪਟਨ ਦੀ ਸਰਕਾਰ ਸੀ, ਤੁਸੀਂ ਬਾਅਦ 'ਚੋਂ ਗਏ ਹੋ ਕਿਸੇ ਕੋਲ? ਜਾਂਦੇ ਰਹੇ ਜੀ ਪਰਿਵਾਰ, ਮੈਂ ਨਹੀਂ ਕਿਤੇ ਗਿਆ ਸੀ। ਹਾਂ, ਮੈਂ ਤਾਂ ਉਸ ਦਿਨ ਤਾਂ ਜਾਂਦੇ ਰਹੇ ਹਾਂ ਜਿੰਨਾ ਚਿਰ, ਉਦਣ ਤਾਂ ਅਖੀਰ 'ਤੇ ਵੀ ਅਸੀਂ ਸਟਾਫ 'ਚ ਗਏ ਸੀ ਉਹ ਗਰਿਆਲ ਸਾਹਿਬ ਨੂੰ ਨਾਲ ਲੈ ਕੇ, ਵੀ ਇੱਕ ਹੋਰ ਸੀਗੇ ਇੱਥੋਂ ਦੋ ਬਜ਼ੁਰਗ ਫੜੇ ਘਰੋਂ ਹੀ, ਉਹਨਾਂ ਦੀ ਉਮਰ ਛਡਾਉਣ ਵਾਸਤੇ ਵੀ ਇਹਨਾਂ ਨੂੰ ਨਕਿਤੇ ਐਂ ਕਰ ਦੇਣ। ਅਤੇ ਕਹਿੰਦੇ ਇੱਕ ਫਿਰ ਉਹਨੇ ਕਹਿੰਦਾ ਵੀ ਇਹ ਤੁਸੀਂ ਚਲੇ ਜਾਓ ਅੰਦਰ ਸਟਾਫ 'ਚ, ਮੈਂ ਕਰ ਲਈ ਗੱਲ। ਅਤੇ ਅਸੀਂ ਗਏ ਤਾਂ ਸਾਨੂੰ ਕਹਿੰਦੇ ਕਿਵੇਂ ਆਏ ਹਾਂ, ਉਹਦੇ ਬੈਠੇ ਗੁਰਮੀਤ ਸਿੰਘ ਸੀ, ਕਮਲਜੀਤ ਸੀ, ਦੋ ਕੁ ਹੋਰ ਸੀ, ਇਹ ਚਲੇ ਗਏ, ਬਦਲੀ ਹੋ ਗਈ ਸੀ ਇਹਨੇ ਸੋਢੀ ਅਤੇ ਦੂਜੇ ਦੀ ਸੁਭਾਨ ਸਿੰਘ ਦੀ। ਅਤੇ ਅਸੀਂ ਆਖਿਆ ਜੀ ਅਸੀਂ ਉਹ ਜਿਹੜੇ ਹੈਗੇ ਘਰੇ ਬੈਠੇ ਬਜ਼ੁਰਗ ਦੋ, ਉਹਨਾਂ ਨੂੰ ਉਹ ਕਹਿੰਦਾ ਕਿੱਥੋਂ ਫੜੇ ਆ ਉਹ, ਮੈਂ ਕਿਹਾ ਜੀ ਜਥੇਦਾਰ ਦੇ ਘਰੋਂ ਫੜੇ ਆ। ਕਹਿੰਦਾ ਕਾਹਤੋਂ ਉੱਥੇ ਹੀ ਕਰਦੇ ਸੀ? ਮੈਂ ਕਿਹਾ ਉਹਨਾਂ ਦੀ ਪੈੜੀ ਆ ਮਾਮਲੇ 'ਤੇ ਬਹੁੰਦੇ, ਉਹ ਮੋਟਰ ਘਰੇ ਆ, ਉਹ ਸੈਂਦੇ ਆ ਉੱਥੇ, ਉਹ ਪੈਂਦੇ ਆ ਮੋਟਰ, ਲਾਈਟ ਉੱਠ ਜਾਂਦੀ ਆ, ਇਸ ਕਰਕੇ ਉਹ ਦੋ ਜਣੇ ਉੱਥੋਂ ਫੜ ਲੈਂਦੇ।
ਫਿਰ ਮੈਨੂੰ ਕਹਿਣ ਲੱਗੇ ਤੁਸੀਂ ਜਥੇਦਾਰ ਕਿਹੋ ਜਿਹਾ ਬੰਦਾ ਸੀ। ਮੈਂ ਕਿਹਾ ਜੀ ਬੰਦੇ ਅਸੀਂ ਤਾਂ ਕਹਿੰਦੇ ਉਹਦੇ ਅਰਕੇ ਬੰਦਾ ਹੀ ਨਹੀਂ ਸੀ ਕੋਈ, ਕਿਉਂਕਿ ਕਹਿੰਦਾ ਤੁਸੀਂ ਕਾਹਤੋਂ ਕਹਿੰਦੇ ਆ। ਮੈਂ ਕਿਹਾ ਜੀ ਅਸੀਂ ਸਾਡੀ ਜ਼ਿੰਦਗੀ ਬਣਾ ਤੀ ਉਹਨਾਂ ਨੇ, ਅਸੀਂ ਸ਼ਰਾਬ ਸ਼ੁਰੂ ਪੀਂਦੇ ਸੀ, ਅਸੀਂ ਉਹਨਾਂ ਦੇ ਪ੍ਰਚਾਰ ਨਾਲ ਅਸੀਂ ਅੰਮ੍ਰਿਤ ਛਕ ਲਿਆ। ਅਤੇ ਕਹਿੰਦਾ ਫਿਰ ਅੰਮ੍ਰਿਤ ਛਕਾ ਕੇ ਕੀ ਕਹਿੰਦੇ? ਮੈਂ ਕਿਹਾ ਉਹ ਕਹਿੰਦੇ ਬਾਣੀ ਪੜ੍ਹੋ, ਕੰਮ ਕਰੋ, ਮਿਹਨਤ ਕਰੋ ਅਤੇ ਬਾਣੀ ਪੜ੍ਹੋ। ਕੋਈ ਸਾਨੂੰ ਤਾਂ ਇਹੋ ਜਿਹੀ ਗੱਲ ਨਹੀਂ ਕਹੀ। ਲੈ ਤੁਸੀਂ ਕਹਿੰਦੇ ਜ਼ਿੰਦਗੀ ਬਣਾ ਤੀ ਜਿਹਨਾਂ ਦੀਆਂ ਗੁਆਤੀਆਂ। ਮੈਂ ਕਿਹਾ ਅਸੀਂ ਤਾਂ ਨਹੀਂ ਕਹਿ ਸਕਦੇ ਅਤੇ ਜ਼ਿੰਦਗੀਆਂ ਗੁਆਤੀਆਂ ਕਿਸੇ, ਸਾਨੂੰ ਤਾਂ ਇਹ ਗੱਲ ਦਾ ਭੋਰਾ ਵੀ ਅਲਮ ਹੈ ਨਹੀਂ, ਇਹੋ ਜਿਹੀਆਂ ਜ਼ਿੰਦਗੀ ਤੋਂ ਕਹਿਣ ਵਾਲੇ ਕਰਨ ਵਾਲੇ ਨਹੀਂ ਸੀ ਇਸ ਵਿੱਚਾਂ ਨਹੀਂ। ਬਸ ਫਿਰ ਸਾਨੂੰ ਥੋੜ੍ਹਾ ਕੌੜੇ ਬੋਲੇ ਅੰਦਰ, ਜਾਓ ਕਿਤੇ ਛੱਡ ਦਿਆਂਗੇ ਉਹਨਾਂ ਨੂੰ। ਚੱਲ ਫਿਰ ਅਸੀਂ ਆ ਗਏ ਉੱਥੋਂ, ਉਹ ਛੱਡਤੇ ਸੀ ਦੋ ਜਣੇ। ਅਤੇ ਹੋਰ ਵੀ ਇਹਨਾਂ ਨੇ ਬੜੀਆਂ ਸਾਨੂੰ ਜਾਣੀ ਬਹੁਤ ਕੁਛ ਕਿਹਾ, ਜਾਂ ਸਾਡੇ ਹੁਣ ਦਿਮਾਗ 'ਚ ਵੀ ਨਹੀਂ ਆਉਂਦਾ, ਬਹੁਤ ਕੁਛ ਕਹਿੰਦੇ ਸੀ। ਇਹ ਗੁਰਦੁਆਰਾ ਸਾਹਿਬ ਦਾ ਗੇਟ ਆ, ਮੇਨ ਗੇਟ ਜੇ ਤੁਸੀਂ ਦੇਖੋਗੇ ਉੱਪਰ ਦੇਖੋਗੇ ਗੇਟ ਆ। ਇਸ ਗੁਰਦੁਆਰਾ ਸਾਹਿਬ ਦੇ ਅੰਦਰ ਉਹ ਕਥਾ ਕਰ ਰਹੇ ਸੀ। ਇਸ ਗੁਰਦੁਆਰਾ ਸਾਹਿਬ ਤੋਂ ਉਹਨਾਂ ਨੂੰ ਪੁਲਿਸ ਗ੍ਰਿਫਤਾਰ ਕਰਕੇ ਲੈ ਕੇ ਗਈ, ਥੋੜ੍ਹੇ ਜਿਹੇ ਦਿਨ ਥਾਣੇ ਰੱਖਿਆ। ਉਸ ਤੋਂ ਬਾਅਦ ਕਿਹਾ ਗਿਆ ਭਗੌੜਾ ਨੇ, ਪਰ ਬੀ ਪੀ ਤਿਵਾੜੀ ਦੀ ਰਿਪੋਰਟ ਕਹਿੰਦੀ ਹੈ ਭਗੌੜੇ ਨਹੀਂ, ਇਹ ਕਤਲ ਹੋਇਆ ਗਾ। ਉਹਨਾਂ ਦੇ ਉੱਤੇ ਤਸ਼ੱਦਦ ਹੋਇਆ, ਇਸ ਤਰ੍ਹਾਂ ਦੀਆਂ ਗੱਲਾਂ ਬਹੁਤ ਸਾਰੇ ਗਵਾਹ ਅਤੇ ਉਸ ਰਿਪੋਰਟ ਦੇ ਅੰਦਰ ਦਰਜ ਨੇ। ਜਿਹੜੇ ਰਿਪੋਰਟ 'ਚ ਗਵਾਹ ਵੀ ਨੇ ਉਹਨਾਂ ਨੇ ਵੀ ਉਹ ਗੱਲਾਂ ਕਹੀਆਂ ਨੇ। ਇਹ ਸਾਰੇ ਇਹਨਾਂ 'ਚੋਂ ਬਹੁਤ ਸਾਰੇ ਲੋਕ ਨੇ ਜਿਹੜੇ ਪਿੰਡ ਦੇ ਹੀ ਲੋਕ ਨੇ, ਇਹ ਮਾਤਾਵਾਂ ਮੌਕੇ 'ਤੇ ਸੀ, ਅੰਕਲ ਹੋਰੀ ਮੌਕੇ 'ਤੇ ਸੀ, ਇਹਨਾਂ ਦੇ ਬੇਟੇ 15 ਸਾਲ ਦੇ ਸੀ, ਅੰਕਲ ਹੋਰੀ ਉਸ ਟਾਈਮ ਸੀਗੇ ਸਾਰੇ ਹੀ। ਤੁਸੀਂ ਵੀ ਪਿੰਡ 'ਚ ਹੀ ਸੀਗੇ ਜੀ? ਮੈਂ ਬਾਹਰ ਸੀਗਾ। ਤੁਸੀਂ ਬਾਹਰ ਸੀਗੇ? ਅੱਛਾ। ਅਤੇ ਤੁਸੀਂ ਉਦੋਂ ਬਾਅਦ ਫਿਰ ਜਾਂਦੇ ਰਹੇ ਜੀ ਉਦੋਂ ਗੁਰਦੁਆਰਾ ਸਾਹਿਬ ਉੱਥੇ, ਸੋਰੀ ਆਪਣਾ ਥਾਣੇ ਜਦੋਂ ਲੈ ਕੇ? ਹਾਂ ਜੀ, ਜਾਂਦੇ ਸੀ, ਜਾਂਦੇ ਰਹੇ। ਪ੍ਰਸ਼ਾਦਾ ਫੜਾਉਣ ਨਹੀਂ ਦਿੰਦੇ ਸੀ, ਕਹਿੰਦੇ ਸਾਨੂੰ ਫੜਾਓ, ਫੜਾ ਦਿੰਦੇ। ਤੁਸੀਂ ਵੀ ਥਾਣੇ ਅੱਗੇ ਜਾਂਦੇ ਰਹੇ ਜੀ? ਜਾਂਦੇ ਰਹੇ ਹਾਂ ਜੀ, ਕੋਈ ਗੱਲ ਹੀ ਨਹੀਂ ਸੀ ਕਰਦੇ ਜੀ। ਜੀ, ਕੋਈ ਵੜਦ ਨਹੀਂ ਸੀ ਦਿੰਦੇ ਕਿਸੇ ਨੂੰ। ਜਿਹੜੇ ਬੰਦੇ ਦੀ ਅੱਗੇ ਭੱਜ ਕੇ ਜਾਂਦੇ ਹੁੰਦੇ ਸੀ ਨਾ, ਉਹ ਵੀ ਕੋਈ ਨੱਕ ਨਹੀਂ ਸੀ ਕਰਦਾ। ਥਾਣੇ ਵੱਲ ਨੂੰ ਜਾਂਦੇ ਰਹੇ ਹਾਂ। ਹਾਂ, ਇਹੀ ਜੀ ਕੋਈ ਗੱਲ ਨਹੀਂ ਸੀ। ਹਾਂਜੀ, ਆਖਰੀ ਦਿਨ ਵੀ ਉੱਥੇ ਸੀ, ਆਖਰੀ ਦਿਨ ਵੀ ਉੱਥੇ ਸੀ। ਰਾਤ ਨੂੰ ਅਸੀਂ ਆਏ ਹਾਂ, ਉਦਣ ਅਸੀਂ ਇਹਨਾਂ ਨੇ ਕਿਹਾ ਗਏ ਭਗੌੜੇ ਹੋ ਗਏ। ਹਾਂ ਨਹੀਂ ਜੀ, ਉਹ ਸਵੇਰ ਨੂੰ ਕਿਹਾ ਭਗੌੜੇ ਹੋ ਗਏ ਤਾਂ, ਅਤੇ ਜਿੱਦਣ ਇਹ ਉੱਥੋਂ ਲਗਾਏ ਆ ਸ਼ਾਮ ਨੂੰ, ਉਹਨੂੰ ਪਹਿਲਾਂ ਇਹ ਠੀਕ ਸੀਗੇ ਜਾਣੇ, ਸਟਾਫ 'ਚੋਂ ਅਸੀਂ ਸਟਾਫ 'ਚ ਗਏ ਸੀ, ਸਟਾਫ 'ਚੋਂ ਇਹਨਾਂ ਨੇ ਲਿਆਂਦੇ ਉੱਥੇ। ਫਿਰ ਕੋਈ ਬੰਦਾ ਗਿਆ, ਉਹ ਕਹਿੰਦਾ ਵੀ ਉਹ ਠੀਕ ਆ, ਵੀ ਉਹ ਕਹਿੰਦੇ ਸਟਾਫ 'ਚ ਸਾਨੂੰ ਕੁਛ ਨਹੀਂ ਕਿਹਾ। ਉਦੋਂ ਬਾਅਦ ਫਿਰ ਚਾਰ ਜਿਪਸੀਆਂ ਆਈਆਂ ਉੱਥੇ ਨੂੰ, ਅਸੀਂ ਉੱਥੇ ਕੋਲ ਸੀ ਜੀ, ਅਸੀਂ ਪਾਸੇ ਬੈਠੇ ਰਹਿੰਦੇ ਸੀ। ਜਿਪਸੀਆਂ ਆਈਆਂ ਤਾਂ ਉਹ ਫਿਰ ਅੰਦਰ ਆ ਕੇ ਉਹਨਾਂ ਨੇ ਕੁਛ ਕਰਕੇ ਆਪਦਾ ਚਲੇ ਗਏ। ਫਿਰ ਸਾਨੂੰ ਉਹ ਬੰਦਾ ਕਹਿੰਦਾ ਵੀ ਮੈਂ ਜਾ ਕੇ ਉਹਨਾਂ, ਉਹ ਕਹਿੰਦਾ ਵੀ ਦੇਖਣ ਦੇ ਲਾਇਕ ਨਹੀਂ ਹੁਣ ਉਹ, ਵੀ ਇੰਨਾ ਖੂਨ ਵਗਦਾ। ਮੈਂ ਉਹਨਾਂ ਨੂੰ ਕਿਹਾ ਕੀ ਹਾਲ ਆ ਜੀ ਭਾਈ ਸਾਹਿਬ ਜੀ? ਕਹਿੰਦਾ ਉਹਨੇ ਕੱਪੜਾ ਚੱਕ ਕੇ ਮੜਾਏ, ਲੱਤਾਂ ਲੁੱਤਾਂ ਦਿਖਾਈਆਂ, ਖੂਨੋ ਖੂਨ ਹੋਏ ਪਏ ਆ। ਸਵੇਰ ਨੂੰ ਅਸੀਂ ਫਿਰ ਗਏ, ਬੀਬੀ ਜੀ ਨਾਲ ਸੀ, ਉੱਥੇ ਥਾਣੇ 'ਚ ਹੈ ਨਹੀਂ ਸੀ। ਫਿਰ ਅਸੀਂ ਸਾਰੇ ਸਟਾਫ 'ਚ ਵੀ ਗਏ, ਥਾਣੇ 'ਚ ਵੀ ਗਏ, ਹੈ ਨਹੀਂ ਸੀ। ਉਦੋਂ ਬਾਅਦ ਅਸੀਂ ਐਸ ਐਸ ਪੀ ਦੇ ਗਏ ਉੱਥੇ, ਤਾਂ ਫਿਰ ਉਹ ਉਹਨਾਂ ਦੀ ਬਦਲੀ ਕਰਤੀ, ਵਿਦਾ ਕਰਤੇ ਸੀ, ਤੋਰਤੇ ਸੀ ਸਵਰਨ ਸਿੰਘ ਨੂੰ, ਹਾਰ ਹੂਰ ਪਾ ਕੇ ਤੋਰਿਆ ਜੀ ਉਹਨਾਂ ਨੇ। ਅਤੇ ਅੱਛਾ, ਮੌਜੂਦਾ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ? ਮੌਜੂਦਾ ਸਰਕਾਰ ਨੂੰ ਤਾਂ ਇਹੀ ਕਹਿਣਾ ਚਾਹੁੰਦੇ ਵੀ ਜਿਹੜਾ ਇਹ ਇਨਕੁਆਇਰੀ ਆ ਇਹਦੇ ਉੱਤੇ ਜਲਦੀ ਤੋਂ ਜਲਦੀ ਕਾਰਵਾਈ ਕਰਕੇ ਉਹਨਾਂ ਨੂੰ ਅੰਦਰ ਕੀਤਾ ਜਾਵੇ, ਜਾਂਦੇ ਵੀ ਫਸਟ ਟਰੈਕ ਅਦਾਲਤ ਦੇ ਵਿੱਚ ਚਲਾ ਕੇ ਨਾ ਉਹ ਕੇਸ ਦਾ ਇਨਸਾਫ ਕੀਤਾ ਜਾਵੇ, ਜਾਂਦੇ। ਇਹ ਉਹ ਸੰਗਤ ਆ ਜਿਹੜੀ ਮੌਕੇ 'ਤੇ ਮੌਜੂਦ ਸੀ। ਸਾਡੇ ਦਿਖਾਉਣ ਦਾ ਇਹੀ ਮਕਸਦ ਸੀਗਾ ਕਿ ਉਹ ਮੌਕੇ ਦੀਆਂ ਥਾਵਾਂ 'ਤੇ ਉਹ ਗਵਾਹੀਆਂ ਜਿਹੜੀਆਂ ਮੌਕੇ ਦੀਆਂ ਨੇ, ਔਰ ਹੁਣ ਤਾਂ ਏ ਡੀ ਜੀ ਪੀ ਕੋਈ ਛੋਟੇ ਅਫਸਰ ਨਹੀਂ, ਏ ਡੀ ਜੀ ਪੀ ਡੀ ਜੀ ਪੀ ਤੋਂ ਇੱਕ ਰੈਂਕ ਥੱਲੇ ਹੁੰਦਾ, ਯਾਨੀ ਪੰਜਾਬ ਪੁਲਿਸ ਦਾ ਦੂਜਾ ਵੱਡਾ ਅਫਸਰ ਇਹ ਗੱਲ ਕਹਿ ਰਿਹਾ ਸੀ। ਰਿਪੋਰਟ ਆਈ 99 'ਚ, ਰਿਪੋਰਟ ਆ ਗਈ ਸੀ, ਉਸ ਤੋਂ ਬਾਅਦ ਰਿਪੋਰਟ ਦੱਬੀ ਰੱਖੀ ਕਹਿੰਦੇ ਆ ਸਰਕਾਰ ਨੇ, ਬਹੁਤ ਸਾਰੀਆਂ ਸਰਕਾਰਾਂ ਆਈਆਂ ਉਸ ਤੋਂ ਬਾਅਦ। ਹੁਣ ਉਹ ਰਿਪੋਰਟ ਜਨਤਕ ਹੋਈ ਆ, ਅਤੇ ਉਹ ਵੀ ਜਸਟਿਸ ਜੀਤ ਸਿੰਘ ਬੈਂਸ ਦੀ ਜਿਹੜੀ ਜਥੇਬੰਦੀ ਬਣਾਈ ਹੋਈ ਸੀ, ਉਹਨਾਂ ਦੇ ਬੇਟੇ ਵੀ ਅੱਜ ਕੱਲ੍ਹ ਉਸ ਜਥੇਬੰਦੀ ਨਾਲ ਜੁੜੇ ਹੋਏ ਨੇ, ਅੱਗੇ ਬਹੁਤ ਸਾਰੇ ਹੋਰ ਲੋਕ ਜੁੜੇ ਨੇ, ਉਹਨਾਂ ਨੇ ਉਸ ਰਿਪੋਰਟ ਨੂੰ ਨਸ਼ਰ ਕੀਤਾ, ਅਕਾਲ ਤਖਤ ਸਾਹਿਬ ਨੂੰ ਦਿੱਤਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਕਾਰਜਕਾਰੀ, ਇਸ ਮਸਲੇ ਨੂੰ ਪਰਸੂ ਕਰੇ, ਐਸ ਜੀ ਪੀ ਸੀ ਨੂੰ ਪਰਸੂ ਕਰ ਰਹੀ ਹੈ। ਐਸ ਜੀ ਪੀ ਸੀ ਕਹਿ ਰਹੀ ਹੈ ਕਿ ਅਸੀਂ ਇਹਦੇ 'ਤੇ ਕਾਨੂੰਨੀ ਲੜਾਈ ਲੜਾਂਗੇ, ਪਰ ਸਵਾਲਾਂ ਦਾ ਸਵਾਲ ਇਹੀ ਹੈ ਕਿ ਜੇ ਕੋਈ ਗਲਤੀ ਕਰਦਾ ਤਾਂ ਗਲਤੀ ਦੇ ਲਈ ਕਾਨੂੰਨ ਹੈ, ਗਲਤੀ ਦੇ ਲਈ ਅਦਾਲਤਾਂ ਨੇ, ਸਿਸਟਮ ਆ ਇੱਕ। ਜੇ ਕੋਈ ਗਲਤੀ ਕਰਦਾ ਵੀ ਹੈ, ਮੰਨ ਲਈਏ ਪੁਲਿਸ ਦੇ ਪੱਖ ਨੂੰ ਆਪਾਂ ਸਟਰੋਂਗ ਕਰਕੇ ਮੰਨ ਲਈਏ ਕਿ ਜਥੇਦਾਰ ਸਾਹਿਬ ਹੋਰਾਂ ਨੇ ਕੋਈ ਕਾਨੂੰਨੀ ਗਲਤੀ ਕੀਤੀ ਹੈ, ਤਾਂ ਉਹਦੀ ਸਜ਼ਾ ਵੀ ਕਾਨੂੰਨੀ ਹੋਣੀ ਚਾਹੀਦੀ ਸੀ, ਗੈਰ ਕਾਨੂੰਨੀ ਨਹੀਂ ਹੋਣੀ ਚਾਹੀਦੀ ਸੀ। ਅਤੇ ਗੈਰ ਕਾਨੂੰਨੀ ਸਜ਼ਾ ਦੀ ਗਵਾਹੀ ਬੀ ਪੀ ਤਿਵਾੜੀ ਦੀ ਰਿਪੋਰਟ ਭਰ ਰਹੀ ਹੈ ਕਿ ਏ ਡੀ ਜੀ ਪੀ ਦੀ
रिपोर्ट भर रही है। हुण देखदे हां इस मसले च इंसाफ हुंदा जां नहीं हुंदा।